ਸਵਾਗਤ ਹੈ ਪੀਟੀਸੀ ਨਿਊਜ਼ ਅਵਿਸ਼ਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਅੱਜ ਗਿਲ ਕੋ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਸਰਕਾਰ ਨੂੰ ਇੱਕ ਔਰ ਫਿਰ ਤੋਂ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ 6 ਮਹੀਨਿਆਂ ਦੇ ਵਿੱਚ ਵਿੱਚ ਸਰਕਾਰ ਨੂੰ ਹਾਈ ਕੋਰਟ ਤੋਂ ਬਹੁਤ ਵੱਡੇ ਵੱਡੇ ਝਟਕੇ ਲੱਗ ਚੁੱਕੇ ਨੇ ਦਰਸਲ ਸਰਕਾਰ ਨਵੀਆਂ ਨੀਤੀਆਂ ਘੜਦੀ ਹੈ ਨਵੀਆਂ ਨੀਤੀਆਂ ਬਣਾਉਂਦੀ ਹੈ ਜਿਹੜੀਆਂ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਜਾਂਦੀਆਂ ਨੇ ਚੈਲੰਜ ਹੋਣ ਤੋਂ ਬਾਅਦ ਜਾਂ ਤਾਂ ਉਹਨਾਂ ਤੇ ਰੋਕ ਲੱਗ ਜਾਂਦੀ ਹੈ ਜਾਂ ਫਿਰ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਲਈ ਕੋਰਟ ਵੱਲੋਂ ਆਰਡਰ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਜਿਹੜੀ ਕਿ ਪਹਿਲਾਂ ਸત્તાਧਾਰੀ ਤੇ ਨਹੀਂ ਸੀ ਜਦੋਂ ਸત્તા ਤੋਂ ਬਾਹਰ ਸੀ ਤਾਂ ਉਸਨੇ ਇਹ ਐਲਾਨ ਕੀਤਾ ਸੀ ਕਿ ਜਿਸ ਦਿਨ ਸਾਡੀ ਸਰਕਾਰ ਆਏਗੀ ਉਸ ਦਿਨ ਅਸੀਂ ਘਰ-ਘਰ ਰਾਸ਼ਨ ਵਾਲੀ ਸਕੀਮ ਨੂੰ ਨਵੀਂ ਆਯੋਗ ਸਕੀਮ ਬਣਾਵਾਂਗੇ ਉਸ ਦੀ ਰੂਪਰੇਖਾ ਬਦਲਾਂਗੇ ਅਸੀਂ ਕਣਕ ਨਹੀਂ ਅਸੀਂ ਘਰ-ਘਰ ਆਟਾ ਪਹੁੰਚਾਵਾਂਗੇ ਔਰ ਡਿੱਪੂ ਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪੈਗੀ ਡਿੱਪੂ ਹੋਲਡਰ ਤੁਹਾਡੇ ਘਰਾਂ ਤੱਕ ਰਾਸ਼ਨ ਪਹੁੰਚਾਣ ਕੇ ਇਹ ਦਾਵਾ ਕੀਤਾ ਸੀਗਾ ਪਰ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਕੀ ਝਟਕਾ ਲੱਗਿਆ ਹੁਣ 2 ਅਕਤੂਬਰ ਤੋਂ ਨਹੀਂ ਲਾਗੂ ਹੋ ਪਾਏਗੀ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਅਦਾਲਤ ਨੇ ਘਰ-ਘਰ ਆਟਾ ਵੰਡਣ ਵਾਲੀ ਬੋਹ ਮੰਤਰੀ ਸਕੀਮ ਤੇ ਰੋਕ ਲਗਾ ਦਿੱਤੀ ਹੈ ਫਿਲਹਾਲ ਹਾਈ ਕੋਰਟ ਦੇ ਡਬਲ ਬੈਂਚ ਨੇ ਕਿਸੇ ਵੀ ਤੀਸਰੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਦਿੱਤੇ ਨੇ ਇਹ ਆਦੇਸ਼ ਦਿੱਤੇ ਨੇ ਸਰਕਾਰ ਨੂੰ ਇਸ ਦੇ ਨਾਲ ਹੀ ਕੌਮੀ ਖੁਰਾਕ ਸੁਰੱਖਿਆ ਐਕਟ ਦੀਆਂ ਧਰਾਵਾਂ ਤਹਿਤ ਤਕਨੀਕੀ ਆਧਾਰ ਤੇ ਵਿਵਾਦਾਂ ਦੇ ਘੇਰੇ ਦੇ ਵਿੱਚ ਇਹ ਨਵੀਂ ਯੋਜਨਾ ਸੀ ਐਨ ਐਫ ਐਸ ਏ ਡਿਪੋ ਹੋਲਡਰ ਐਸੋਸੀਏਸ਼ਨ ਨੇ ਇਸ ਯੋਜਨਾ ਦੇ ਖਿਲਾਫ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਡਿਪੋ ਹੋਲਡਰਾਂ ਦਾ ਕਹਿਣਾ ਸੀ ਕਿ ਸਕੀਮ ਨਾਲ ਰੋਜ਼ਗਾਰ ਜਿਹੜਾ ਉਹ ਖੁਸ ਜੇਗਾ ਆਪ ਸਰਕਾਰ ਨੇ ਸਕੀਮ ਲਾਗੂ ਕਰਨ ਦੀ ਤਿਆਰੀ ਹੈ ਜਿਹੜੀ ਉਹ ਲਗਭਗ ਮੁਕੰਮਲ ਕਰ ਲਈ ਸੀ ਔਰ ਮਾਰਕਫੈਡ ਨੂੰ ਇਸ ਯੋਜਨਾ ਲਈ ਨੋਡਲ ਏਜੰਸੀ ਬਣਾਇਆ ਗਿਆ ਸੀ ਹੋਮ ਡਿਲੀਵਰੀ ਲਈ ਟੈਂਡਰ ਦਾ ਵੀ ਕੰਮ ਚੱਲ ਰਿਹਾ ਸੀਗਾ ਔਰ ਲਗਭਗ ਮੁਕੰਮਲ ਹੋ ਗਿਆ ਸੀ 2 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਘਰ ਘਰ ਆਟਾ ਵੰਡਣ ਦੀ ਸਕੀਮ ਔਰ ਆਟਾ ਜਲਦ ਖਰਾਬ ਹੋਣ ਦੇ ਖਦਸ਼ਿਆਂ ਨਾਲ ਖਪਤਕਾਰ ਵੀ ਪਰੇਸ਼ਾਨ ਸੀਗੇ ਆਟੇ ਨਾਲ ਕਣਕ ਦੀ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ ਔਰ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਵੀ ਹਾਈ ਕੋਰਟ ਦੇ ਵਿੱਚ ਪਹੁੰਚੀ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇਸ ਤੋਂ ਪਹਿਲਾਂ ਵੀ ਜਦੋਂ ਸਿੰਗਲ ਬੈਂਚ ਦੇ ਕੋਲੇ ਪੂਰਾ ਮਸਲਾ ਸੀਗਾ ਉਦੋਂ ਵੀ ਆਰਜੀ ਤੌਰ ਤੇ ਥੋੜੀ ਜੀ ਰਾਹਤ ਦਿੱਤੀ ਗਈ ਸੀ ਕਿ ਇਸ ਸਥਿਤੀ ਨੂੰ ਜਿਉਂਦਾ ਤਿਉਂ ਬਰਕਰਾਰ ਰੱਖਿਆ ਜਾਵੇ ਪਰ ਡਬਲ ਬੈਂਚ ਦੇ ਕੋਲ ਪੰਜਾਬ ਸਰਕਾਰ ਚ ਜਦੋਂ ਇਹ ਮਸਲਾ ਲੈ ਕੇ ਗਈ ਤਾਂ ਸੁਣਵਾਈ ਹੋਈ ਔਰ ਡਬਲ ਬੈਂਚ ਨੇ ਕਹਿ ਦਿੱਤਾ ਕਿ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖੀ ਜਾਵੇ ਦਰਅਸਲ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਉਸ ਨੂੰ ਖਤਮ ਕਰਨਾ ਹੈ ਅਸੀਂ ਡਿਪੂ ਹੋਲਡਰਾਂ ਵੱਲੋਂ ਕੀਤੀ ਜਾਂਦੀ ਧੰਦਲੀ ਨੂੰ ਖਤਮ ਕਰਨਾ ਹੈ ਅਸੀਂ ਲੋਕਾਂ ਨੂੰ ਸਹੂਲਤ ਦੇਣੀ ਹੈ ਇਸ ਕਰਕੇ ਕਣਕ ਨਾ ਦੇ ਕੇ ਆਟਾ ਅਸੀਂ ਘਰ-ਘਰ ਪਹੁੰਚਾਵਾਂਗੇ ਉਹਦੀਆਂ ਥੈਲੀਆਂ ਬਣੀਆਂ ਹੋਣਗੀਆਂ ਰਾਸ਼ਨ ਡਿਪੂ ਵਾਲੇ ਅੱਗੋਂ ਬੰਦੇ ਰੱਖਣ ਆਪ ਕਰਨ ਜਿਵੇਂ ਮਰਜ਼ੀ ਕਰਨ ਇਹ ਘਰ ਘਰ ਪਹੁੰਚਾਣਗੇ ਪਰ ਇਸ ਦੇ ਨਾਲ ਹੀ ਮਾਰਕ ਫੈਡ ਨੂੰ ਜਿਹੜਾ ਉਹ ਨੋਡਲ ਏਜੰਸੀ ਬਣਾ ਦਿੱਤਾ ਗਿਆ ਜੋ ਖਦਸ਼ਾ ਡਿੱਪੂ 홀ਡਰ ਵੱਲੋਂ ਪ੍ਰਗਟਾਇਆ ਜਾ ਰਿਹਾ ਸੀ ਉਹ ਇਹ ਪ੍ਰਗਟਾਇਆ ਜਾ ਰਿਹਾ ਸੀਗਾ ਕਿ ਤੁਸੀਂ ਤੀਜੀ ਧਿਰ ਨੂੰ ਇਨਵੋਲਵ ਕਰ ਰਹੇ ਹੋ ਸਾਨੂੰ ਬੇਰੋਜ਼ਗਾਰ ਕਰ ਰਹੇ ਹੋ ਮਾਰਕ ਫੈਡ ਨੂੰ ਤੀਜੀ ਧਿਰ ਬਣਾ ਕੇ ਮਾਰਕ ਫੈਡ ਵੱਲੋਂ ਹੀ ਇਹ ਆਟਾ ਜਿਹੜਾ ਘਰ ਘਰ ਪਹੁੰਚਾਇਆ ਜਾਣਾ ਸੀਗਾ ਜਿਸ ਤੇ ਰਸ਼ਿੰਗ ਡਿੱਪੂ 홀ਡਰ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਇਹ ਐਕਟ ਦੇ ਵੀ ਉਲੰਘਣਾ ਹੈਗੀ ਹੈ ਕਿ ਜਿਹੜਾ ਰਾਸ਼ਨ ਕੇਂਦਰ ਸਰਕਾਰ ਵੱਲੋਂ ਆ ਰਿਹਾ ਉਹ ਸਾਡੇ ਥਰੂ ਲੋਕਾਂ ਤੱਕ ਖਪਤਕਾਰਾਂ ਤੱਕ ਪਹੁੰਚਣਾ ਚਾਹੀਦਾ ਪਰ ਸਰਕਾਰ ਨੇ ਇੱਕ ਨੋਡਲ ਏਜੰਸੀ ਕਾਇਮ ਕਰਕੇ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਚਰਚਾ ਕਰਾਂਗੇ ਕਿਉਂਕਿ ਬੜੇ سارے ਇਲਜ਼ਾਮ ਦਰਸਲ ਇਹਨਾਂ ਤੇ ਵੀ ਲੱਗਦੇ ਰਹਿੰਦੇ ਨੇ ਡਿਪੋ ਹੋਲਡਰਾਂ ਤੇ ਵੀ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਵੱਲੋਂ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਜਾਂਦੇ ਨੇ ਕਣਕ ਵਧੀਆ ਆਂਦੀ ਹੈ ਘਟਿਆ ਕਣਕ ਅੱਗੇ ਦਿੱਤੀ ਜਾਂਦੀ ਹੈ ਸੋ तमाम ਤਰ੍ਹਾਂ ਦੇ ਅਲੀਗੇਸ਼ਨ ਇਹਨਾਂ ਦੇ ਉੱਤੇ ਵੀ ਲੱਗਦੇ ਨੇ ਉਹਨਾਂ ਤੇ ਵੀ ਚਾਨਣਾ ਪਾਣ ਦੀ ਕੋਸ਼ਿਸ਼ ਕਰਾਂਗੇ ਸੁਖਿੰਦਰ ਸਿੰਘ ਕਾਂਜਲਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਪ੍ਰਧਾਨ ਨੇ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਬਿੰਦਰ ਸਿੰਘ ਬੋਕੇ ਸਾਹਿਬ ਮੈਂਬਰ ਵੀ ਨੇ ਮੁਖ ਬੁਲਾਰਾ ਵੀ ਨੇ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਔਰ ਜਗਤਾਰ ਸਿੰਘ ਭੁੱਲਰ ਜੀ ਸੀਨੀਅਰ ਮੀਤ ਪ੍ਰਧਾਨ ਨੇ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਬਹੁਤ-ਬਹੁਤ ਸਵਾਗਤ ਹੈ ਤੇਨੇ ਮਹਿਮਾਨਤ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਡੀਕ ਹੈ ਇਹ ਜਿਹੜਾ ਰਾਸ਼ਨ ਹੈਗਾ ਇਹ ਮਿਲਦਾ ਕਿ ਨੂੰ ਹੈ ਇਹ ਪਹੁੰਚਦਾ ਕਿਹਦੇ ਕੋਲ ਹੈ ਇਹ ਮਿਲਦਾ ਉਹਨਾਂ ਨੂੰ ਹੈ ਜੋ ਆਰਥਿਕ ਪੱਖੋਂ ਹੌਲੇ ਨੇ ਹਲਕੇ ਨੇ ਜਦੋਂ ਵੀ ਕਿਸੇ ਨਵੀਂ ਸਕੀਮ ਦਾ ਉਦਘਾਟਨ ਕੀਤਾ ਜਾਂਦਾ ਹੈ ਜਾਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਬੜੀ ਆਸ ਹੁੰਦੀ ਹੈ ਛੋਟੇ-ਛੋਟੇ ਕਰਾਂਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੜੀ ਆਸ ਹੁੰਦੀ ਹੈ ਇਸ ਸਕੀਮ ਤੋਂ ਵੀ ਬੜੀ ਆਸ ਸੀ ਕਿ ਹੁਣ ਸਾਨੂੰ ਧੱਕੇ ਨਹੀਂ ਖਾਣੇ ਪੈਣਗੇ ਹੁਣ ਸਾਨੂੰ ਕਣਕ ਲਿਆ ਕੇ ਪੀਣ ਦਾ ਟੰਟਾ ਜਿਹੜਾ ਉਹ ਖਤਮ ਹੋ ਜਾਏਗਾ ਘਰ ਬੈਠਿਆਂ ਹੀ ਇਹਨਾਂ ਦੇ ਕੋਲ ਆਟਾ ਪਹੁੰਚੇਗਾ ਔਰ ਸਾਰੀਆਂ ਸਹੂਲਤਾਂਵਾਂ ਮਿਲਣਗੀਆਂ ਪਰ ਇੱਕ ਵੱਡਾ ਝਟਕਾ ਪੰਜਾਬ ਸਰਕਾਰ ਨੂੰ ਨਾਲ-ਨਾਲ ਉਹਨਾਂ ਖਪਤਕਾਰਾਂ ਨੂੰ ਵੀ ਲੱਗਿਆ ਕਾਂਜਲਾ ਸਾਹਿਬ ਮੈਂ ਸ਼ੁਰੂਆਤ ਥੋੜੇ ਤੋਂ ਕਰਾਂਗਾ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਹੱਕਾਂ ਤੇ ਡਾਕਾ ਪਾ ਦਿੱਤਾ ਕਿਉਂਕਿ ਉਹ ਲੋਕ ਜਿਹਨਾਂ ਨੂੰ ਬੜੀ ਆਸ ਸੀ ਕਿ ਘਰ ਬੈਠੇ ਹੀ ਸਾਨੂੰ ਆਟਾ ਮਿਲ ਜੇਗਾ ਹੁਣ ਤੁਸੀਂ ਰੋਕ ਲਗਵਾ ਦਿੱਤੀ ਹਾਈ ਕੋਰਟ ਤੋਂ ਸਭ ਤੋਂ ਪਹਿਲਾਂ ਪੀ.ਡੀ.ਸੀ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਬਿਲਕੁਲ ਗਲਤ ਹੈ ਵੀ ਜਿਹੜਾ ਉਹਨਾਂ ਦੇ ਡਾਕਾ ਵਯਾ ਅਸੀਂ ਪੰਜਾਬ ਦੇ 3 ਕਰੋੜ ਦੀ ਆਬਾਦੀ ਹੈ 1.5 ਕਰੋੜ ਮੈਂਬਰ ਹੈ ਜਿਹੜਾ ਜਿਹਨੂੰ ਕਣਕ ਮਿਲਦੀ ਹੈ ਜੀ ਉਹਨੂੰ ਅਸੀਂ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਉਹਨਾਂ ਦੇ ਡਾਕਾ ਨਹੀਂ ਮਾਰਿਆ ਉਹਨਾਂ ਨੂੰ ਗਲੀ ਹੋਈ ਕਣਕ ਸੜੀ ਹੋਈ ਕਣਕ ਉਹਦੇ ਵਿੱਚੋਂ ਆਟਾ ਆਟੇ ਦੇ ਵਿੱਚ ਕਣਕ ਦੇ ਵਿੱਚੋਂ ਸੂਜੀ ਮੈਦਾ ਕੱਢ ਕੇ ਕਿਣਕੀ ਪਾ ਕੇ ਜਿਹੜੀ ਘਟੀਆ ਕਣਕ ਹੈ ਉਹ ਕਣਕ ਪੀਸ ਕੇ ਸੁਸਰੀ ਵਾਲੀ ਚੂਹੇ ਵਾਲੀ ਜਿੰਨੇ ਵੀ ਗੰਦ ਮੰਦ ਹੋਊਗਾ ਕਣਕ ਦੇ ਵਿੱਚ ਉਹ ਪੀਸਿਆ ਜਾਊਗਾ ਜਿਹੜਾ ਸਾਡੇ ਤੋਂ ਕਣਕ ਲਈ ਪੰਜਲਾ ਸਾਹਿਬ ਇਧਰ ਲਈ ਦਾ ਬਾਕਾਇਦਾ ਟੈਂਡਰ ਕੱਢੇ ਨੇ ਮਾਰਕਫੈਡ ਨੂਡਲ ਏਜੰਸੀ ਆ ਤੁਹਾਨੂੰ ਲੱਗਦਾ ਕਿ ਉਹ ਸਾਰੇ ਬਿਨਾਂ ਦੇਖੇ ਹੀ ਸਭ ਕੁਝ ਜਾਣ ਦੇਣਗੇ ਇਹ ਗੱਲ ਇਹ ਹੈ ਜੀ ਜਦੋਂ ਮਿਲ ਦੇ ਵਿੱਚ ਬਾਗੀ ਕਣਕ ਉਹਦੇ ਵਿੱਚ ਪਹਿਲਾਂ ਸੁਈ ਕੱਢਣਗੇ ਫਿਰ ਮੈਦਾ ਕੱਢਿਆ ਜਾਊਗਾ ਫਿਰ ਜਿਹੜੀ ਰਹਿ ਜਾਂਦੀ ਖੂਨ ਦਾ ਉਹਦੇ ਵਿੱਚ ਕਿਨਕੀ ਪਾ ਕੇ ਮਾਰੀ ਕਣਕ ਪਾ ਕੇ ਉਹ ਆਟਾ ਪੀਸਿਆ ਜਾਊਗਾ ਜਿਹੜਾ ਮਿਲ ਦੇ ਵਿੱਚ ਆਟਾ ਪੀਸਿਆ ਜਾਂਦਾ ਹੈ ਜੀ ਉਹ ਪੀਸਿਆ ਜਾਂਦਾ ਵਿੱਚ ਪਾਣੀ ਪਾ ਕੇ ਜਾਨਕੀ ਥੋੜਾ ਜਿਹਾ ਪਾਣੀ ਪਾ ਕੇ ਆਟਾ ਪੀਸਿਆ ਜਾਂਦਾ ਹੈ ਮਿਲ ਦੇ ਵਿੱਚ ਜੀ ਮਿਲ ਦੇ ਵਿੱਚ ਜਦੋਂ ਆਟਾ ਪੀਸਿਆ ਜਾਊਗਾ ਉਹਦੀ ਵੱਧ ਤੋਂ ਵੱਧ ਉਹ ਜਿਹੜਾ ਸਮਾਂ ਰਹਿਣ ਦਾ ਆਟੇ ਦਾ ਉਹ 15 ਦਿਨਾਂ ਜਦੋਂ 16 17 18 ਦਿਨ ਹੋਗੇ ਵਿੱਚ ਸੁੰਡ ਪੈ ਜਾਂਦੇ ਨੇ ਤੇ ਕਾਲੇ ਕਾਲੇ ਭੂੰਡ ਜੇ ਪਹਿਲਾਂ ਪੈਦਾ ਹੋ ਜਾਂਦੇ ਨੇ ਕਿਉਂਕਿ ਬਾਦਲ ਸਰਕਾਰ ਤੇ ਬੇਅੰਤ ਸਰਕਾਰ ਪਹਿਲਾਂ ਦੋ ਵਾਰ ਆਟਾ ਬਹੁਤ ਲੱਖਾਂ ਕਰੋੜਾਂ ਦੇ ਘਾਟਾ ਪੈ ਕੇ ਆਟਾ ਖਰਾਬ ਹੋ ਚੁੱਕਿਆ ਦੋ ਵਾਰ ਸਕੀਮ ਇਹ ਫੇਲ ਹੋ ਚੁੱਕੀ ਹੈ ਇਹਨੂੰ ਅਸੀਂ ਵਿਚਾਰ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜਿਹੜੀ ਕਣਕ ਹੈ ਸਾਡੇ ਤੋਂ ਲੈ ਕੇ ਜਾਊਗਾ ਜਿੰਨੀ ਲੋੜ ਹੈ ਅਗਲੇ ਨੂੰ 30 ਕਿਲੋ ਲੋੜ ਹੈ ਜਾਂ 25 ਕਿਲੋ ਲੋੜ ਹੈ 19 ਕਣਕ ਤੋਂ ਹੋਊਗਾ ਤੋਂ ਕੇ ਉਹਨੂੰ ਚੰਗੀ ਤਰ੍ਹਾਂ ਸੁਕਾਊਗਾ ਸੁਕਾ ਕੇ ਚੱਕੀ ਦੇ ਜਿਹੜੀ ਚੱਕੀ ਹੈ ਉਹ ਸੁੱਕੇ ਆਟੇ ਕਣਕ ਦੀ ਆਟਾ ਪੀਸਿਆ ਜਾਂਦਾ ਹੈ ਮਿਲਾਂ ਦੇ ਵਿੱਚ ਗਿੱਲਾ ਹੋ ਕੇ ਪੀਸਿਆ ਜਾਂਦਾ ਹੈ 15 ਦਿਨਾਂ ਤੋਂ ਵੱਧ ਆਟਾ ਨਹੀਂ ਰਹੂਗਾ ਇਸ ਕਰਕੇ ਪੰਜਾਬ ਦੇ ਸਾਹਿਬ ਤੁਹਾਡਾ ਤੁਹਾਡਾ ਆਪਣਾ ਇਹਦੇ ਵਿੱਚ ਕੋਈ ਮਤਲਬ ਨਹੀਂ ਹੈ ਐਨ ਹਣਾ ਕੋ ਕਿ ਤੁਹਾਡਾ ਕੋਈ ਇਹਦੇ ਵਿੱਚ ਮਤਲਬ ਨਹੀਂ ਹੈ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਤੁਸੀਂ ਸਿਰਫ ਖਪਤਕਾਰਾਂ ਲਈ ਨਹੀਂ ਨਾ ਪਹੁੰਚੇ ਤੁਸੀਂ ਆਪਣੇ ਲਈ ਵੀ ਪਹੁੰਚ ਅਸੀਂ ਆਪੇ ਮੈਂ ਹਾਂਜੀ ਉਹੀ ਕਰ ਉਸ ਉਸ ਮੁੱਦੇ ਤੇ ਵੀ ਉਸ ਮੁੱਦੇ ਦੀ ਉਸ ਮੁੱਦੇ ਦੀ ਕੀ ਹੈ 18500 ਸਾਡਾ ਡੀਪੂ ਹੋਲਡਰ ਹੈ ਜਦੋਂ ਇੱਕ ਕੰਪਨੀ ਬਣਾ ਲਈ ਜਾਂ ਮਾਰਕਫਾਇਡਰ ਜਾਊਗਾ ਨਾ ਪ੍ਰਾਈਵੇਟ ਬੰਦਾ ਰੱਖ ਗਈ ਅਸੀਂ 1955 ਤੋਂ ਡੀਪੂ ਕਰਦੇ ਆ ਰਹੇ ਹਾਂ ਚਾਹੇ ਕੋਈ ਕਣਕ ਆਵੇ ਤੇਲ ਆਵੇ ਮਿੱਟੀ ਦਾ ਜਾਂ ਹੋਰ ਕੋਈ ਕੋਈ ਵੀ ਆਈਟਮ ਆਵੇ ਉਹ ਕਪੜਾ ਆਵੇ ਬੰਡਿਆ ਜਾ ਸਾਬਣਾ ਬੰਨੀਆਂ ਪਹਿਲਾਂ ਜਿੰਨੀਆਂ ਵੀ ਆਈਟਮ ਆਈਆਂ 1955 ਤੋਂ ਲੈ ਕੇ ਉਹ ਦੀਪੂ ਹੋਲਡਰਾਂ ਨੇ ਬੰਡੀਆਂ ਜਿਵੇਂ ਕਰੋਨਾ ਆਇਆ ਕਰੋਨੇ ਦੌਰਾਨ ਪੰਜਾਬ ਦੇ ਕੀ ਕੱਲੇ ਪੂਰੇ ਭਾਰਤ ਦੇ ਲੋਕ ਅਫਸਰ ਲੀਡਰ ਹਰ ਇੱਕ ਬੰਦਾ ਜਿੰਦੇ ਦੇ ਅੰਦਰ ਤੀਗਾ ਪੰਜਾਬ ਦੇ ਦੀਪੂ ਹੋਲਡਰਾਂ ਨੇ ਰਾਸ਼ਨ ਵੰਡਿਆ ਟਟੋ ਕਟ 1.5 ਕਰੋੜ ਬੰਦੇ ਨੂੰ ਘਰਾਂ ਚ ਜਾ ਕੇ ਉਹ ਜਿਹੜਾ ਰਾਸ਼ਨ ਆਇਆ ਆਪਣੀ ਦਾਲ ਆਈ ਛੋਲੇ ਮਾਂ ਤਰ੍ਹਾਂ ਜੀ ਆ ਕੇ ਬੰਦਿਆ ਆਪਦੇ 5-500 ਬੰਦੇ ਦੇ ਆਪਦੇ ਜਾਣ ਦੀ ਪ੍ਰਵਾਹ ਆਪਦੇ ਪਰਿਵਾਰ ਦੀ ਕੋਈ ਪ੍ਰਵਾਹ ਨਹੀਂ ਕਰੀ ਪਰ ਘਰ ਘਰ ਪਹੁੰਚਾਇਆ ਪੰਜਾਬ ਸਰਕਾਰ ਨੇ ਅੱਜ ਤੱਕ ਜਿਹੜਾ ਉਹਦਾ ਕਮੇਸਰ ਹੈ ਹਜੇ ਤੱਕ ਸਾਡਾ ਰੁਲਦਾ ਫਿਰਦਾ ਹੈ ਬਾਹਰਦਾਨੇ ਦਾ ਹਜੇ ਰਲਾ ਪੈਂਦਾ ਫਿਰਦਾ ਹੈ ਪਰ ਪੰਜਾਬ ਸਰਕਾਰ ਸਾਡੇ ਤੇ ਕੀ ਇਲਜ਼ਾਮ ਲਾ ਰਹੀ ਹੈ ਵੀ ਇਹਦੇ ਲਾਈਨਾਂ ਲੱਗ ਜਾਂਦੇ ਨੇ ਜਦੋਂ ਇੱਕ ਟੈਂਪੂ ਵਗਿਆ ਸਾਡੇ ਤੋਂ ਸਵੇਰੇ ਚਾਹੇ ਆਲਾ ਗਾਹਕ 6 ਵਜੇ ਲੈ ਜੇ 5 ਵਜੇ ਲੈ ਜੇ 7 ਵਜੇ ਲੈ ਜੇ ਰਾਤ ਨੂੰ 8 ਵਜੇ ਲੈ ਜੇ 6 ਵਜੇ ਲੈ ਜੇ ਪਰ ਜਿਹੜਾ ਟੈਂਪੂ ਆਊਗਾ ਉਹ ਆਊਗਾ 9:00 10:00 ਜਿਹੜੇ ਦਿਹਾੜੀਦਾਰ ਨੇ ਉਹ ਚਲੇ ਗਏ ਦਿਹਾੜੀ ਦਿਨੇ ਕੌਣ ਲੈ ਕੇ ਜਾਊਗਾ ਦੂਸਰੀ ਗੱਲ ਹਰ ਇੱਕ ਗਲੀ ਦੇ ਵਿੱਚ ਪਿੰਡਾਂ ਦੇ ਵਿੱਚ ਗਲੀ ਦੇ ਵਿੱਚ ਟੈਂਪੂ ਨਹੀਂ ਜਾ ਸਕਦਾ ਲੈਣਾ ਉਸ ਤੋਂ ਵੱਧ ਲੱਗਣ ਗਿਆ ਪੰਜਾਬ ਸਰਕਾਰ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਉਸ ਤੋਂ ਵੱਧੀਆਂ ਲੈਣਾ ਲੱਗਣ ਗਿਆ ਚਲੋ ਮੈਂ ਆਣਾ ਵਾਪਸ ਭੁੱਲਰ ਸਾਹਿਬ ਤੋਂ ਇੱਕ ਕਰੈਕਸ਼ਨ ਲਈਆ ਭੁੱਲਰ ਸਾਹਿਬ ਸਵਾਲੇ ਖੜਾ ਹੁੰਦਾ ਕਿ ਹੋਮ ਡਿਲੀਵਰੀ ਕੀਤੀ ਜਾਣੀ ਸਰਕਾਰ ਨੇ ਦਾਵਾ ਕੀਤਾ ਕਿ ਤੁਹਾਨੂੰ ਹੋਮ ਡਿਲੀਵਰੀ ਕੀਤੀ ਜਾਏਗੀ ਤੁਹਾਡਾ ਇਹ ਇਤਰਾਜ਼ ਜ਼ਰੂਰ ਹੋ ਸਕਦਾ ਕਿ ਹੋਮ ਡਿਲੀਵਰੀ ਸਾਡੇ ਜ਼ਰੀਏ ਕੀਤੀ ਜਾਵੇ ਅਸੀਂ ਵਿਚਾਣ ਨੂੰ ਤਿਆਰ ਆ ਕਿਤੀ ਜੀ ਏਜੰਸੀ ਨਾ ਕੋਈ ਹਾਇਰ ਕੀਤੀ ਜਾਵੇ ਹੁਣ ਅਲੀਗੇਸ਼ਨ ਇਹ ਵੀ ਲਾਇਆ ਜਾ ਰਿਹਾ ਕਿ ਆਟੇ ਦੇ ਵਿੱਚ ਵੀ ਕੁਝ ਕਾਲਾ ਮਲਾ ਹੋ ਸਕਦਾ ਇਦਾਂ ਦੀਆਂ ਸ਼ਿਕਾਇਤਾਂ ਤਾਂ ਪਹਿਲਾਂ ਕਣਕ ਤੇ ਵੀ ਬੜੀਆਂ ਆਈਆਂ ਕਿ ਮਾੜੀ ਕਣਕ ਆਂਦੀ ਆ ਮਾੜੀ ਕਣਕ ਦਿੱਤੀ ਜਾਂਦੀ ਖਪਤਕਾਰਾਂ ਨੂੰ ਬਹੁਤ ਸਾਰੀਆਂ ਖਬਰਾਂ ਵਿੱਚ ਚਲਾਈਆਂ ਕਿ ਡਿਪੋ ਹੋਲਡਰ ਨੇ ਵਧੀਆ ਕਣਕ ਰੱਖ ਕੇ ਮਾੜੀ ਕਣਕ ਜਿਹੜੀ ਉਹ ਖਪਤਕਾਰਾਂ ਨੂੰ ਦੇ ਦਿੰਦੇ ਨੇ ਇਦਾਂ ਦੇ ਅਲੀਗੇਸ਼ਨ ਤੁਹਾਡੇ ਤੇ ਵੀ ਲੱਗਦੇ ਨੇ ਤੁਹਾਡਾ ਇਤਰਾਜ਼ ਇਹ ਹੈ ਕਿ ਆਟਾ ਕਿਉਂ ਦਿੱਤਾ ਜਾ ਰਿਹਾ ਜਾਂ ਤੁਹਾਡਾ ਇਤਰਾਜ਼ ਇਹ ਹੈ ਕਿ ਸਾਨੂੰ ਸਾਈਡ ਲਾਈਨ ਕਰਕੇ ਮਾਰਕਫੈਡ ਨੂੰ ਕਿਉਂ ਲੰੰਦਾ ਜਾ ਰਿਹਾ ਸਾਡਾ ਜੀ ਸਭ ਤੋਂ ਪਹਿਲਾਂ ਮੈਂ ਪੀਟੀਸੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਪਹੁੰਚਦਾ ਤੇ ਆਪ ਵੀ ਤੁਹਾਡਾ ਵੀ ਮਤਨਵਾਦੀਆਂ ਹਰਪ੍ਰੀਤ ਜੀ ਜੀ ਥੈਂਕ ਯੂ ਜਿਨ੍ਹਾਂ ਨੇ ਸਾਡਾ ਪੱਖ ਜਾਣਨ ਵਾਸਤੇ ਔਰ ਸਾਰੇ ਸਰੋਤਿਆਂ ਨੂੰ ਮੈਂ ਜੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਜੀ ਜਿਹੜੀ ਗੱਲ ਤੁਸੀਂ ਆਟੇ ਦੀ ਕੀਤੀ ਹੈ ਡਿਲੀਵਰੀ ਦੀ ਅਸੀਂ ਸਾਨੂੰ ਤਰਾਜ ਨਹੀਂ ਸੀ ਪਰ ਅਸੀਂ ਸਾਰਾ ਪੱਖ ਜਦੋਂ ਵੇਖਿਆ ਹੈ ਵੀ ਇਹਨਾਂ ਨੇ ਸਾਡੇ ਨਾਲ ਜੋ ਇਲੈਕਸ਼ਨ ਦਰਮਿਆਨ ਵਾਅਦੇ ਕੀਤੇ ਵੀ ਸਾਡੀ ਸਰਕਾਰ ਬਣਾਓ ਤੋਂ ਨੂੰ ਸਾਰੇ ਬੈਨੀਫਿਟ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤੇ ਨੇ ਅਸੀਂ ਤੁਹਾਡੇ ਮਾਣ ਪਤਾ ਦੇਾਂਗੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹਨਾਂ ਸਾਡੇ ਨਾਲ ਮੀਟਿੰਗਾਂ ਕੀਤੀਆਂ ਔਰ ਅਸੀਂ ਤਨ ਮਨ ਦੇ ਧੰਦੇ ਨਾਲ ਸਰਕਾਰ ਲਿਆਂਦੀ ਠੀਕ ਹੈ ਸਰਕਾਰ ਆਉਂਦਿਆਸਾਰ ਜਿਹੜੇ ਭਗਵੰਤ ਮਾਨ ਦੇ ਇਹ ਸਵੇਰੇ ਸੀ ਵੀ ਮੈਂ ਰੁਜ਼ਗਾਰ ਦਿਆਂਗਾ ਇਹਨੇ ਸਭ ਤੋਂ ਪਹਿਲਾਂ ਕਾਪਾ ਡੀਪੂ ਹੌਡਰਾਂ ਦੇ ਚਲਾਇਆ ਉਹ ਜਿਹੜਾ ਨੀਲਾ ਹਰਾ ਪਿੰਨ ਸੀ ਉਹ ਸਾਡੇ ਤੇ ਵਰਤਿਆ ਹੁਣ ਜਿੱਥੋਂ ਤੱਕ ਗੱਲ ਹੈ ਵੀ ਕਣਕ ਵੰਡਣ ਦੀ ਸਾਡੇ ਤੇ ਤਰਾਜ ਜਿਹੜੇ ਲਾਰੇ ਨੇ ਉਹ ਗਲਤ ਲਾਰੇ ਨੇ ਜਿਹੜੇ ਪਾਰਟੀਆਂ ਲਾਰੀਆਂ ਨੇ ਜਾਂ ਐਲੀਕੇਸ਼ਨ ਲਾਉਂਦੇ ਨੇ ਵੀ ਕਣਕ ਮਾੜੀ ਆਉਂਦੀ ਕਣਕ ਮਾੜੀ ਚ ਸਾਡਾ ਕੋਈ ਸਬੰਧ ਨਹੀਂ ਕਿਉਂਕਿ ਬੰਦ ਗੱਟਾ 30 ਕਿਲੋ ਦਾ ਸੀਲ ਬੰਦ ਗੱਟਾ ਹੁੰਦਾ ਉਹ ਮੰਡੀ ਚ ਆਇਆ ਉਹ ਗਦਾਮ ਚ ਗਿਆ ਉਥੇ ਸਾਮ ਸੰਭਾਲ ਸਰਕਾਰ ਨੇ ਕਰਨੀ ਨਾ ਕਿ ਡਿਪੂ ਹੋਲਡਰ ਨੇ ਕਰਨੀ ਵੀ ਤੁਹਾਡੀ ਜ਼ਿੰਮੇਵਾਰੀ ਤਾਂ ਸ਼ੁਰੂ ਹੁੰਦੀ ਜਦ ਤੱਕ ਡਿਪੂ ਤਿਆਰ ਆ ਨਹੀਂ ਆ ਜਾਵੇ ਸਾਡੇ ਕੋਲ ਅਸੀਂ ਪੈਸੇ ਜਮ੍ਹਾਂ ਕਰਾ ਦਿੰਨੇ ਆ ਜਮ੍ਹਾਂ ਕਰਾਉਣ ਤੋਂ ਬਾਅਦ ਸਾਨੂੰ 20 ਦਿਨ ਬਾਅਦ ਇਹ ਇਨਾਂ ਨੇ ਸਾਨੂੰ ਕਣਕ ਪਹਚਾਉਣੀ ਹੁੰਦੀ ਹੈ ਕਣਕ ਪਹਚਾਉਂਦਿਆ ਸਾਰ ਅਸੀਂ ਇੱਕ ਦਿਨ ਜਾਂ ਦੂਜੇ ਦਿਨ ਕਣਕ ਲਾਹ ਪਾਤਰੀਆਂ ਨੂੰ ਦੇ ਦਿੰਨੇ ਹਾਂ ਕਿਉਂਕਿ ਅਸੀਂ ਸਟੋਰ ਨਹੀਂ ਕਰਨੇ ਕਿ ਸਟੋਰ ਕੀਤੇ ਆ ਨਾ ਹੀ ਇਨਾਂ ਕਿਸੇ ਕੋਲ ਵੱਡਾ ਕੋਈ ਗਦਾਮ ਹੈ ਜਿੰਦੇ ਤੋਂ ਸਟੋਰ ਕੀਤਾ ਜਾਵੇ ਅਸੀਂ ਆਉਂਦਾ ਸਾਰ ਵੰਡ ਦਿੰਨੇ ਆ ਉਹਦੇ ਵਿੱਚ ਕੀ ਹੈ ਵੀ ਇਨਾਂ ਦੇ ਸਰਕਾਰ ਦੇ ਹੀ ਮੁਲਾਜ਼ਮ ਕਬਲਾ ਕਰਦੇ ਜਾਂ ਉੱਥੇ ਦੇਖ ਰੇਖ ਨਹੀਂ ਕਰਦੇ ਨੇ ਜਾਂ ਉੱਥੇ ਇਨਾਂ ਦੀ ਜਿਹੜੇ ਤਰਪਾਲਾਂ ਹੁੰਦੀਆਂ ਨੇ ਓਪਨ ਖੁੱਲਾ ਜਿਹੜਾ ਰਸਨ ਪਿਆ ਹੁੰਦਾ ਹੈ ਦਾਲੇ ਪਹਾਂ ਦੇ ਹਾਂਜੀ ਉਹ بارش ਹੁੰਦੀ ਹੈ بارش ਕਰਕੇ ਖਰਾਬ ਹੋ ਜਾਂਦੇ ਨੇ ਡੀਪੂ ਹੋਲਡਰ ਦੀ ਕੋਈ ਇਹੋ ਜੀ ਜ਼ਿੰਮੇਵਾਰੀ ਨਹੀਂ ਹੈ ਕਿ ਰਾਸਨ ਮਾੜਾ ਮੁਹੱਈਆ ਕਰਾਇਆ ਜਾਵੇ ਕਿਉਂਕਿ ਡੀਪੂ ਹੋਲਡਰ ਦਾ ਤੇ ਲਾਹਪਾਤਰੀਆਂ ਦਾ ਨੌ ਮਾਸ ਦਾ ਰਿਸ਼ਤਾ ਹੈ ਕਿਉਂਕਿ ਉਹਨਾਂ ਨੇ ਡੀਪੂ ਹੋਲਡਰ ਤੋਂ ਕਿਉਂਕਿ ਜਿਹੜੇ ਜਿਨੇ ਲਾਹਪਾਤਰੀ ਨੇ ਦਿਹਾੜੀਦਾਰ ਨੇ ਮਜ਼ਦੂਰ ਨੇ ਜੀ ਸਵੇਰੇ 7 ਵਜੇ ਆ ਕੇ ਕੰਮ ਤੇ ਚਲੇ ਜਾਂਦੇ ਨੇ ਸ਼ਾਮ ਨੂੰ ਆਉਣਾ ਹੁੰਦਾ ਡੀਪੂ ਹੋਲਡਰ ਨਾਲ ਇਹੋ ਜਿਹਾ ਵਰਤਾਵਾ ਹੈ ਉਹ ਨੇਰੇ ਸਵੇਰੇ ਆਉਂਦੇ ਨੇ ਜਦੋਂ ਚਾਹੇ ਨਾ ਪੈਸੇ ਹੋਣ ਡੀਪੂ ਹੋਲਡਰ ਉਹਨਾਂ ਨੂੰ ਧਾਰ ਸੁਧਾਰ ਵੀ ਦੇ ਦਿੰਦਾ ਠੀਕ ਹੈ ਕਿਉਂਕਿ ਲੋਕਾਂ ਦੀ ਸ਼ਿਕਾਇਤ ਡੀਪੂ ਹੋਲਡਰ ਤੇ ਹੈ ਨਹੀਂ ਹੂੰ ਇੱਕ ਭੁਲਰ ਸਾਹਿਬ ਮੈਂ ਇਹ ਵੀ ਤੁਹਾਡੇ ਤੋਂ ਜਾਨਣਾ ਚਾਹਣਾ ਜੇ ਸਰਕਾਰ ਫਰਜ਼ ਕਰ ਲਓ ਕਿ ਸਰਕਾਰ ਆਪਣੀ ਇਸ ਨੀਤੀ ਦੇ ਵਿੱਚ ਕੋਈ ਬਦਲਾਅ ਕਰਦੀ ਹੈ ਕਿ ਅਸੀਂ ਮਾਰਕਫੈਡ ਨੂੰ ਸਾਈਡਲਾਈਨ ਕਰ ਦਨੇ ਆ ਅਸੀਂ ਡਿਪੋ ਹੋਲਡਰਾਂ ਦੇ ਜ਼ਰੀਏ ਹੀ ਕਰ ਕਰ ਆਟਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਕੀਮ ਨੂੰ ਲੈ ਕੇ ਆਂਦਾ ਫਿਰ ਵੀ ਤੁਹਾਡਾ ਕੋਈ ਇਤਰਾਜ਼ ਨਹੀਂ ਬਿਲਕੁਲ ਸਾਡਾ ਫਿਰ ਇਤਰਾਜ਼ ਨਹੀਂ ਹੈ ਪਰ ਸਾਡੀ ਉਹਦੇ ਨਾਲ ਸਰਕਾਰ ਦੀ ਕੰਡੀਸ਼ਨ ਹੋਵੇਗੀ ਜਿਹੜਾ ਆਟੇ ਦੀ ਪਸਾਈ ਹੈ ਵੱਧ ਤੋਂ ਵੱਧ ਇੱਕ ਹਫ਼ਤਾ ਪੁਰਾਣੀ ਨਾ ਹੋਵੇ ਕਿਉਂਕਿ ਜੇਕਰ ਹੁਣ ਇਹਨਾਂ ਨੇ ਸਕੀਮ 2 ਅਕਤੂਬਰ ਨੂੰ ਲਾਗੂ ਕਰਨੀ ਸੀ ਜੀ ਪਰ 2 ਮਹੀਨਿਆਂ ਤੋਂ ਇਹਨਾਂ ਨੇ ਸ਼ੁਰੂ ਕਰਤਾ ਕੰਮ ਇਹ ਜਿਹੜੇ ਜਿਹੜਾ ਮਾਲ ਜਾਣਾ ਸਰਕਾਰ ਤੋਂ ਉਹ ਤਾਂ ਇਹਨਾਂ ਨੇ ਏ ਕਲਾਸ ਜਿਹੜੀ ਪਸਾਈ ਕਰਨੀ ਹੈ ਉਹ ਕੈਡਲ ਫੀਡ ਜਿਹੜੀ ਕਣਕ ਮਾੜੀ ਕਣਕੇ ਉਹਦੀ ਕਰਨੀ ਹੈ ਉਹਦੇ ਵਿੱਚੋਂ ਇਹਨਾਂ ਨੇ ਮਤਲਬ ਜਿਹੜੇ ਸੂਜੀ ਏ ਜਾਂ ਮੈਦਾ ਕੱਢ ਕੇ ਉਹ ਤਾਂ ਲੋਕਾਂ ਨੂੰ ਘਟਿਆ ਕਿਸਮ ਦੀ ਜਿਹੜਾ ਆਟਾ ਦੇਣਾ ਇਸ ਕਰਕੇ ਜਿਹੜੀ ਸਾਡੀ ਰਿੱਟ ਸਰਦਾਰ ਮਨਜੀਤ ਸਿੰਘ ਖਹਿਰਾ ਸੀਨੀਅਰ ਐਡਵੋਕੇਟ ਸਾਡੇ ਨੇ ਜਿਹੜੀ ਰਿੱਟ ਪਾਈ ਉਹਦੇ ਵਿੱਚ ਬਕਾਇਦਾ ਇੱਕ 파ਟ ਲਾਪਤਰੀਆਂ ਦਾ ਵੀ ਏ ਜਿਹਦੇ ਵਿੱਚ ਅਸੀਂ ਤਾਂ ਇੱਕ ਨੰਬਰ ਤੇ ਅਸੀਂ ਡੀਪੂ ਹੋਲਡਰ ਰਾਸ਼ਨ ਡੀਪੂ ਹੋਲਡਰ ਜੀ ਉਹਨਾਂ ਨੇ ਦੋ ਨੰਬਰ ਤੇ ਸਾਡੇ ਲਾਪਤਰੀ ਨੇ ਲਾਪਤਰੀਆਂ ਵੱਲੋਂ ਵੀ ਪੱਖ ਰੱਖਿਆ ਗਿਆ ਵੀ ਅਸੀਂ ਜਿਹੜਾ ਆਟਾ ਏ ਉਹ ਡੀਪੂ ਤੇ ਦਿੱਤਾ ਜਾਵੇ ਕਣਕ ਡੀਪੂ ਦਿੱਤੀ ਜਾਵੇ ਕਿਉਂ ਹਨੇਰੇ ਸਵੇਰੇ ਜਦੋਂ ਸਾਰਾ ਪਰਵਾਦਾ ਕੋਈ ਮੈਂਬਰ ਜਾ ਕੇ ਡੀਪੂ ਤੋਂ ਕਣਕ ਲੈ ਸਕਦਾ ਜਾਂ ਕੋਈ ਰਸਨ ਲੈ ਸਕਦਾ ਮੋਟਾ ਜ ਆਪਨੇ ਦਰਸ਼ਕਾਂ ਨੂੰ ਸਮਝਾ ਦਈਏ ਕਹਿਣਾ ਕੀ ਚਾਹੁੰਦੇ ਨੇ ਕਹਿਣਾ ਇਹ ਚ ਅੰਦਰ ਹੈ ਕਿ ਜਦੋਂ ਡੀਪੂ ਹੋਲਡਰਾਂ ਵੱਲੋਂ ਕਣਕ ਦਿੱਤੀ ਜਾਏਗੀ ਤਾਂ ਕਣਕ ਤੁਹਾਨੂੰ ਦਿਖ ਰਹੀ ਹੈ ਚੰਗੀ ਐ ਮਾੜੀ ਐ ਉਹ ਕਣਕ ਤੁਹਾਨੂੰ ਦਿਖ ਰਹੀ ਐ ਜੇ ਮਾੜੀ ਐ ਤਾਂ ਤੁਸੀਂ ਆਬਜੈਕਸ਼ਨ ਕਰਕੇ ਕਣਕ ਛੱਡ ਦੋਗੇ ਵਾਪਸ ਕਰਾਓਗੇ ਪ੍ਰੋਟੈਸਟ ਕਰੋਗੇ ਪਰ ਜਦੋਂ ਮਾੜਾ ਆਟਾ ਮਿਲੇਗਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਆਟੇ ਦੇ ਵਿੱਚੋਂ ਮੈਦਾ ਕੱਢਿਆ ਹੋਇਆ ਹੈ ਸੂਜੀ ਕੱਢੀ ਹੋਈ ਆ ਆਟਾ ਕਿੰਨਾ ਪੁਰਾਣਾ ਹੈ ਜੋ ਤੁਸੀਂ ਇਹਨੂੰ ਘਰ ਲੈ ਜਾਓਗੇ ਤਾਂ ਹਫ਼ਤੇ 10 ਦਿਨ ਬਾਅਦ ਜੇ ਆਟਾ ਬਹੁਤ ਪੁਰਾਣਾ ਹੋਇਆ ਤਾਂ ਉਹਦੇ ਵਿੱਚ ਕੀੜੇ ਪੈ ਸਕਦੇ ਨੇ ਸੁੰਡ ਪੈ ਸਕਦੇ ਨੇ ਇਸ ਕਰਕੇ ਇਹ ਕਹਿ ਰਹੇ ਨੇ ਕਿ ਕਣਕ ਹੀ ਦਿੱਤੀ ਜਾਵੇ ਘੱਟੋ ਘੱਟ ਸਾਨੂੰ ਇਹ ਪਤਾ ਹੋਵੇ ਕਿ ਜੋ ਅਸੀਂ ਖਾ ਰਹੇ ਆਂ ਉਦੀ ਕੁਆਲਿਟੀ ਕੀ ਹੈ ਉਦੀ ਕੁਆਂਟੀਟੀ ਕੀ ਹੈ ਇਹ ਸਭ ਤੋਂ ਵੱਡੀ ਗੱਲ ਇਹਨਾਂ ਵੱਲੋਂ ਚੁੱਕੀ ਜਾ ਰਹੀ ਹੈ ਬਿੰਦਰ ਸਿੰਘ ਉਬੋਕੇ ਸਾਹਿਬ ਉਬੋਕੇ ਸਾਹਿਬ ਸਵਾਲ ਦੂਜਾ ਇਹ ਵੀ ਖੜਾ ਹੁੰਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਖਪਤਕਾਰ ਨੇ ਜੜੇ ਤੁਸੀਂ ਕਹਿ ਰਹੇ ਹੋ ਕਿ ਉਹ ਰੈਡ ਪਟੀਸ਼ਨ ਦੇ ਵਿੱਚ ਖਪਤਕਾਰ ਤੁਹਾਡੇ ਨਾਲ ਸ਼ਾਮਲ ਨੇ ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਖਪਤਕਾਰ ਲਈ ਥੋੜਾ ਜਿਹਾ ਔਖਾ ਤਾਂ ਹੈ ਹੀ ਹੈ ਨਾ ਕਿ ਉਹਨੇ ਪਹਿਲਾਂ ਡਿੱਪੂ ਦੇ ਆਣਾ ਉਹਨੇ ਫਿਰ ਕਣਕ ਲੈ ਕੇ ਜਾਣੀ ਕਣਕ ਉਹਨੇ ਧੋਣੀ ਫਿਰ ਪਿਸਾਣੀ ਪਿਸਾਣ ਦੇ ਪੈਸੇ ਦੇਣੇ ਫਿਰ ਚੱਕੀ ਤੋਂ ਲੈ ਕੇ ਆਟਾ ਲੈ ਕੇ ਆਣਾ ਇਸ ਸਾਰੇ ਝੰਜਟ ਨਾਲ ਉਹਨੂੰ ਬੜਾ ਸੌਖਾ ਜਿਹਾ ਕੰਮ ਨਾ ਹੋ ਜੇ ਕਿ ਘਰ-ਘਰ ਉਹਦੇ 10 ਕਿਲੋ ਦੀ 15 ਕਿਲੋ ਦੀ ਥੈਲੀ ਆਟੇ ਦੀ ਪਹੁੰਚ ਜੇ ਆਟੇ ਦੀ ਕੁਆਲਿਟੀ ਵਧੀਆ ਹੋਵੇ ਤਾਂ ਸਭ ਤੋਂ ਪਹਿਲਾਂ ਪੀਟੀਸੀ ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ ਜੀ ਪੀਟੀਸੀ ਦਾਸਕਾਂ ਨੂੰ ਵਾਹਿਗੁਰੂ ਜੀ ਖਾਲਸਾ ਮੈਂ ਮਨੀਕੀ ਫਤਿਹ ਹਰਪ੍ਰੀਤ ਜੀ ਗੱਲ ਇਹ ਹੈ ਵੀ ਇਹ ਪੰਜਾਬ ਦੇ ਖਪਤਕਾਰਾਂ ਦੀ ਨਾ ਕੋਈ ਮੰਗ ਨਹੀਂ ਸੀਗੀ ਵੋਟਾਂ ਤੋਂ ਆਟਾ ਦਿਓ ਸਾਨੂੰ ਹਾਂ ਨਾ ਵੋਟਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਦਾ ਕੋਈ ਚੋਣ ਵਾਦਾ ਸੀਗਾ ਚੋਣ ਵਾਦੇ ਉਹਨਾਂ ਦੇ ਹੋរី ਸੀਗੇ ਜਿਨ੍ਹਾਂ ਤੋਂ ਭੰਜ ਰੱਖੇ ਨੇ ਇਸ ਵੇਲੇ ਕੋਈ ਖਪਤਕਰਾਂ ਦੀ ਮੰਗ ਨਹੀਂ ਸੀਗੀ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਹੁਣ ਵੀ ਜੇ ਤੁਸੀਂ ਸਰਕਾਰ ਵੀ ਸਰਵੇ ਕਰਾਵੇ ਤੁਹਾਡੀ ਟੀਮ ਵੀ ਜੇ ਪਿੰਡਾਂ ਦੇ ਵਿੱਚ ਖਪਤਕਰਾਂ ਦੇ ਬਿਆਨ ਲਵੇ ਤਾਂ ਖਪਤਕਰ ਕੋਈ ਵੀ ਨਹੀਂ ਚਾਹੁੰਦਾ ਵੀ ਸਾਨੂੰ ਆਟਾ ਦਿੱਤਾ ਜਾਵੇ ਕਿਉਂਕਿ ਜਿਹੜੀ ਕਣਕ ਹੈ ਉਹ ਅੱਖਾਂ ਦੇ ਸਾਹਮਣੇ ਆ ਕਣਕ ਦੀ ਉਹ ਸਫਾਈ ਕਰ ਲੈਣਗੇ ਧੋ ਲੈਣਗੇ ਸੁਕਾ ਲੈਣਗੇ ਕੋਲੇ ਖੜਕੇ ਵਧੀਆ ਚੱਕੀ ਤੋਂ ਪਹਹਾ ਹੋਰ ਜਿੰਨੀ ਚਾਹੀਦੀ 19 ਪੀਸਾ ਲੈਣਗੇ ਪੂਲੀ ਪੀਸਾ ਲੈਣਗੇ ਜਿਹੜੀ ਆਟੇ ਦੀ ਗੱਲ ਹੈ ਸੁਰਪਾ ਦਾ ਜਿਹੜੀਆਂ ਵੱਡੀਆਂ ਫਲੋਰ ਮਿਲਾਂ ਨਿਕੀਆਂ ਵੱਡੀਆਂ ਫਲੋਰ ਮਿਲਾਂ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਜਿਵੇਂ ਕਿਸਾਨਾਂ ਨੇ ਢੋਲੜਿਆ ਵੀ ਕੋਆਪਰੇਟ ਕਰਾਉਣਾਂ ਦੇ ਹੱਥਾਂ ਦੇ ਵਿੱਚ ਗੱਲ ਚੱਲੀ ਜਾਊਗੀ ਤਾਂ ਉਹਦੇ ਵਿੱਚ ਇਹ ਸ਼ੱਕ ਪੈਦਾ ਹੁੰਦੀ ਹੈ ਇਹ ਪਹਿਲਾਂ ਵੀ ਹੋਇਆ ਬਾਦਲ ਸਰਕਾਰ ਵੱਲੇ ਆਟਾ ਚਲਾਇਆ ਸੀ ਸੁਨਹਿਰਾ ਪੰਜਾਬ ਪਲੱਸ ਸਕੀਮ ਦੇਦੀ ਨਾ ਪਰ ਉਹ ਥੋੜੇ ਸਮੇਂ ਬਾਅਦ ਹੀ ਬੰਦ ਕਰਨਾ ਪਿਆ ਸੀ ਉਹ ਏਪੀਐਲ ਖਪਤਕਾਰਾਂ ਦੇ ਲਈ ਸੀਗਾ ਤੇ ਇਹਦੇ ਵਿੱਚ ਕੀ ਹੈ ਜਿਹੜੀਆਂ ਵੱਡੀਆਂ ਮੇਲਾ ਨਿਗੀਆਂ ਜਦੋਂ ਉਹ ਕੋਲ ਸਾਫ਼ ਸੁਥਰੀ ਕਣਕ ਚਲੀ ਜਾਊਗੀ ਉਹਨਾਂ ਨੂੰ ਕਣਕ ਤੋਂ ਜਿਵੇਂ ਕਿ ਇੱਕ ਮਾਫੀਆ ਬਣ ਜਾਂਦਾ ਹੈ ਮੈਂ ਇਥੇ ਇਹ ਵੀ ਦੱਸ ਤੂੰ ਗਰੇਜ ਨਹੀਂ ਕਰਦਾ ਕਿ ਜਿਹੜੀ ਸਰਕਾਰ ਹੈ ਮਾਫੀਆ ਦੇ ਨੋਤੇ ਆਈ ਸੀ ਵੀ ਸੀ ਰੇਤ ਮਾਫੀਆ ਜਾਂ ਹੋਰ ਕਈ ਕਿਸਮ ਦੇ ਮਾਫੀਆ ਸ਼ਰਾਬ ਮਾਫੀਆ ਲੈਂਡ ਮਾਫੀਆ ਚੱਲ ਰਹੇ ਨੇ ਵੀ ਉਹਨਾਂ ਨੂੰ ਅਸੀਂ ਖਤਮ ਕਰਾਂਗੇ ਤੇ ਵਾਅਦਾ ਕਰੇ ਪਰ ਇਹ ਸਰਕਾਰ ਇੱਕ ਹੋਰ ਨਵਾਂ ਮਾਫੀਆ ਪੰਜਾਬ ਦੇ ਵਿੱਚ ਪੈਦਾ ਕਰਨ ਜਾ ਰਹੀ ਹੈ ਜੋ ਕਿ ਅਨਾਜ ਮਾਫੀਆ ਦੇ ਅਨਾਜ ਦੇ ਵਿੱਚ ਵੱਡੇ ਘਟਾਲੇ ਹੋਣ ਦੇ ਖਾਸੇ ਨੇ ਖਪਤਕਾਰਾਂ ਵਿੱਚ ਕੋਈ ਵੀ ਨਹੀਂ ਚਾਹੁੰਦਾ ਉਹ ਕਹਿੰਦੇ ਕੋਈ 2 ਰੁਪਏ ਪਸਾਈ ਦੀ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਨੇ ਖਾਣਾ ਹੈ ਇਹ ਉੱਥੇ ਕਿਉਂਕਿ ਇਹ ਕੁਆਲਿਟੀ ਨਹੀਂ ਮਿਲਾਂ ਦੇ ਵਿੱਚ ਮਿਲ ਉਹਦੀ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰ ਦਿੰਦੀ ਹੈ ਤੇ ਜਾਂ ਉਹ ਕਾਂਝਲਾ ਸਾਬ ਜੀ ਨੇ ਜਿਵੇਂ ਦੱਸਿਆਗਾ ਠੀਕ ਹੈ ਉਹਕੇ ਸਾਬ ਕੁਝ ਕਿ ਤੁਹਾਡੇ ਆਗੂ ਨੇ ਜਿਹੜੇ ਉਹਨਾਂ ਨੇ ਇਹ ਵੀ ਕਹਿ ਸੀਗਾ ਕਿ ਸਾਨੂੰ ਇਹਦੇ ਚੋਂ ਇੱਕ ਘਟਾਲੇ ਦੀ بو ਆ ਰਹੀ ਹੈ ਕਿ ਇਹ ਤੁਸੀਂ ਟੈਂਡਰ ਦੇਣਾ ਟੈਂਡਰ ਦੇ ਵਿੱਚੋਂ ਕੋਈ ਹਿੱਸੇਦਾਰੀ ਆਪਣੀ ਰੱਖ ਲੈਣੀ ਇਦਾਂ ਦੇ ਵੀ ਕੋਈ ਗੱਲ ਹੋ ਸਕਦੀ ਹੈ ਹੈਗੀ ਹੈ ਜੀ ਇਹਦੇ ਵਿੱਚ ਹੈਗੀ ਐਸੀ ਜਿਵੇਂ ਕਿ ਅਸੀਂ ਪਹਿਲਾਂ ਜਿਹੜੇ ਡੀਪੂ ਹੋਲਡਰ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਭ ਤੋਂ ਘੱਟ ਕਮਿਸ਼ਨ ਤੇ ਪੂਰੇ ਹਿੰਦੁਸਤਾਨ ਨਾਲੋਂ ਪੰਜਾਬ ਦੇ ਵਿੱਚ ਸਭ ਤੋਂ ਘੱਟ ਕਮਿਸ਼ਨ ਪੰਜਾਬ ਦੇ ਡੀਪੂ ਹੋਲਡਰ ਨੂੰ ਦਿੱਤਾ ਜਾ ਰਿਹਾ ਜੋ ਕਿ ਸਿਰਫ 47 ਰੁਪਏ 50 ਪੈਸੇ ਆ ਕੁਟਾਲੇ ਦੀ ਗੱਲ ਹੈ ਵੀ ਜਿਵੇਂ 497 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇ ਲਈ ਰਕਮ ਰੱਖਿਆਗਾ ਉਹਦੇ ਵਿੱਚੋਂ ਜਿਵੇਂ ਵਧੀਆ ਕਣਕ ਦੀ ਬਿਕਰੀ ਹੋ ਜਾਣਾ ਜਿਵੇਂ ਇਹਨਾਂ ਨੇ ਬਾਹਰ ਲਈ ਕੋਈ ਡੀ ਟੂ ਡੀ ਕੰਪਨੀ ਹੈ ਜਿਹੜੀਆਂ ਨੇ ਥਰਡ ਪਾਰਟੀ ਪਰਾਈ ਹੈ ਮਾਰਕਫੈਟ ਨੇ ਉਹ ਡੀ ਟੂ ਡੂ ਕੰਪਨੀ ਬਾਹਰ ਲੈ ਨੇ ਦਿੱਲੀ ਦੇ ਨੇ ਜਿਵੇਂ ਚੱਲ ਰਿਹਾ ਵੀ ਦਿੱਲੀ ਦੇ ਬੰਦੀ ਸਰਕਾਰ ਆ ਕੇ ਚਲਾ ਰਹੇ ਨੇ ਉਹ ਲੱਗ ਰਿਹਾ ਵੀ ਇਹਦੇ ਵਿੱਚ ਵੱਡਾ ਘਟਾਲਾ ਸਾਨੂੰ ਹੋਣ ਦੀ ਸੁਭਾਵਨਾ ਹੈਗੀ ਆ ਕਿ ਉਹ ਬਾਹਰਲੇ ਬੰਦੇ ਨੇ ਉਹ ਇਹਦੇ ਵਿੱਚ ਵੱਡਾ ਘਟਾਲਾ ਕਰ ਸਕਦੇ ਨੇ ਹਮ ਕਾਂਸਲਾ ਸਾਹਿਬ ਹੁਣੇ ਹਾਈ ਕੋਰਟ ਦੇ ਵਿੱਚ ਜਿਹੜਾ ਫੈਸਲਾ ਆਇਆ ਯਕੀਨਨ ਤੌਰ ਤੇ ਸਰਕਾਰ ਇਸ ਨੂੰ ਚੈਲੰਜ ਵੀ ਕਰੇਗੀ ਸਰਕਾਰ ਰਿਵਿਊ ਪਟੀਸ਼ਨ ਵੀ ਪਾਏਗੀ ਫਿਰ ਤੁਹਾਡਾ ਇਹਦੇ ਤੇ ਫਿਰ ਕੀ ਲੌਜਿਕ ਕੀ ਹੋਏਗਾ ਮੈਂ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜਾ ਫੈਸਲਾ ਹੈ ਉਹਦੇ ਵਿੱਚ ਤੁਸੀਂ ਲੌਜਿਕ ਕੀ ਰੱਖਿਆ ਅੱਗੇ ਔਰ ਸਰਕਾਰ ਨੇ ਆਪਣਾ ਪੱਖ ਕੀ ਰੱਖਿਆ ਸਰਕਾਰ ਨੇ ਨਹੀਂ ਪੱਖ ਰੱਖਿਆ ਵੀ ਜਿਹੜਾ 2 ਅਕਤੂਬਰ ਹੈ ਇਹਨੂੰ ਅਸੀਂ ਆਟਾ ਬੰਨਣਾ ਜ਼ਰੂਰੀ ਦੀਗਾ ਤੇ ਜੱਜ ਸਾਹਿਬ ਨਹੀਂ ਗੱਲ ਮੰਨੀ ਉਹਨਾਂ ਨੇ ਤੇ ਸਾਡੇ ਜਿਹੜੇ ਖਹਿਰਾ ਸਾਹਿਬ ਨੇ ਉਹਨਾਂ ਦੇ ਬੈਂਸ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਦੀ ਗੱਲ ਮੰਨੀ ਪਈ ਤੇ ਸਾਨੂੰ ਉਹਦੇ ਰਹਿਤ ਮਿਲੀ ਹੈ ਹੂੰ ਅ ਗੱਲ ਦੂਸਰੀ ਇਹ ਹੈ ਵੀ ਜਿਹੜੀ ਅ ਅਸੀਂ ਕੀ ਕਰਾਂਗੇ ਅਸੀਂ ਹਾਈ ਕੋਰਟ 'ਚ ਕੇਸ ਲੜਾਂਗੇ ਜੇ ਹਾਈ ਕੋਰਟ 'ਚ ਸੁਪਰੀਮ ਕੋਰਟ 'ਚ ਜਾਂਦੀ ਹੈ ਸਰਕਾਰ ਤਾਂ ਅਸੀਂ ਬਿਲਕੁਲ ਉਹਨਾਂ ਦੇ ਮੰਗਰ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਪਰ ਪੰਜਾਬ ਦੇ ਡੀਪੂ ਹੋਲਡਰਾਂ ਨੂੰ ਜਿਹੜੀ ਰਹਿਤ ਹੈ ਇਹ ਜਿਵੇਂ ਚੱਲ ਰਿਹਾ ਹੈ ਪਹਿਲਾ ਡੀਪੂ भूमि ਅਸੀਂ ਚਲਾਵਾਂਗੇ ਕਾਉਂਸਲਰ ਸਾਹਿਬ ਪੰਜਾਬ ਸਰਕਾਰ ਇਹ ਦਿਖਾਣ ਦੀ ਤੇ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਮ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਹਾਂ ਔਰ ਡਿੱਪੂ ਹੋਲਡਰ ਨੇ ਜਿਹੜੇ ਉਹ ਸਿਰਫ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਡਿੱਪੂ ਹੋਲਡਰਾਂ ਦੀ ਜਿਹੜੀ ਵਿਚੋਲਗੀ ਹੈ ਉਹ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਡਿੱਪੂ ਹੋਲਡਰ ਨੇ ਜਿਹੜੇ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦੇਣਾ ਚਾਹੁੰਦੇ ਇਹ ਅਕਸਰ ਮੈਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੁਲਾ ਰਹੇ ਨੂੰ ਸੁਣਿਆ ਵੀ ਹੈ ਕਿ ਅਸੀਂ ਆਮ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇਣਾ ਚਾਹੁੰਦੇ ਹਾਂ ਜੋ ਡਿੱਪੂ ਹੋਲਡਰਾਂ ਨੂੰ ਮੰਜ਼ੂਰ ਨਹੀਂ ਕਿਉਂਕਿ ਡਿੱਪੂ ਹੋਲਡਰਾਂ ਦਾ ਜਿਹੜੇ ਕਪਲੇ ਨੇ ਉਹ ਖਤਮ ਹੋ ਜਾਣਗੇ ਸ਼੍ਰੀ ਆਮ ਉਹ ਥੋੜੇ ਤੇ ਅਲੀਗੇਸ਼ਨ ਲਾਂਦੇ ਜਿਹੜੀ ਗੱਲਾਂ ਕਪਲਿਆਂ ਦੀ ਕਰਦੇ ਨੇ ਕਾਪਲੇ ਅਸੀਂ ਨਹੀਂ ਕਰਦੇ ਕਾਪਲੇ ਤਾਂ ਮੰਨ ਲਓ ਇੱਕ ਮਸ਼ੀਨ ਹੈ ਮਸ਼ੀਨ ਦੇ ਵਿੱਚ ਪਰਚੀ ਕੱਢਣੀ ਹੈ ਗੂਠਾ ਲਾਊਗਾ ਚਾਰ ਮੈਂਬਰਾਂ ਦਾ ਮੈਂਬਰ ਨੇ ਉਹਦੇ ਰਸਨ ਕਾਰਡ ਦੇ ਵਿੱਚ ਗੂਠਾ ਲਾ ਕੇ ਬਾਇਓਮੈਟ੍ਰਿਕ ਹੁੰਦਾ ਹੁਣ ਇੱਕ ਕਵਾਂਟਲ 20 ਕਿਲੋ ਕਣਕ ਨਿਕਲ ਗਈ ਅੱਜ ਗੱਲ ਕਿਹੜਾ ਅਨਪੜਾ ਹੈ ਵੀ ਇੱਕ ਕਵਾਂਟਲ 20 ਕਿਲੋ ਦੀ ਬਜਾਏ ਇੱਕ ਕਵਾਂਟਲ 19 ਕਿਲੋ ਕਣਕ ਲੈ ਜਾਊਗਾ ਦੂਸਰੀ ਕਣਕ 30 ਕਿਲੋ ਦਾ ਘਟਾ ਹੈ ਘੱਟੇ ਜਾ ਕੇ ਲੈ ਜਾਂ ਗੱਟੇ ਸਮੇਤ ਲੈ ਜਾਣਗੇ ਚਲੋ ਜੇ ਜੋਖਣੀ ਵੀ ਪਈ ਗਏ ਇਹਨੂੰ ਤਾਂ ਇ ਜਦੋਂ ਪਰਚੀ ਇੱਕ ਕੁਆਂਟਲ 20 ਕਿਲੋ ਦੀ ਆ 240 ਰੁਪਏ ਦੇਤੇ ਤਾਂ 115 ਕਿਲੋ ਕਿਉਂ ਲੈ ਕੇ ਜਾਊਗਾ ਜਾਂ 1 ਕਿਲੋ ਇੱਕ ਕੁਆਂਟਲ 18 ਕਿਲੋ ਕਿਉਂ ਲੈ ਕੇ ਜਾਊਗਾ ਇਹ ਬਿਲਕੁਲ ਗਲਤ ਬਲੇਮ ਲਾ ਰਹੇ ਨੇ ਇਹ ਤਾਂ ਇੱਕ ਮਾਫੀਆ ਖੜਾ ਕਰਦਾ ਜਨਦਰ ਸਾਹਿਬ ਇਲਜ਼ਾਮ ਵੀ ਲੱਗਦਾ ਕਿ ਖੁਦ ਦੇ بڑے ਰਾਸ਼ਨ ਕਾਰਡ ਬਣਾਏ ਹੁੰਦੇ ਨੇ ਸਰਕਾਰਾਂ ਬਦਲਦੀਆਂ ਨੇ ਰਾਸ਼ਨ ਕਾਰਡ ਕੱਟੇ ਜਾਂਦੇ ਨੇ ਅੱਧਿਆਂ ਦੇ ਵਿੱਚੋਂ ਤਾਂ ਜ਼ਿਆਦਾ ਡਿਪੂ ਹੋਲਡਰ ਦੇ ਨਿਕਲਦੇ ਨੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹੁਣ ਰਾਸ਼ਨ ਕਾਰਡਾਂ ਦੀ ਗੱਲ ਹੈ ਇਹ ਵੀ ਇਹ ਵੀ ਬਿਲਕੁਲ ਗਲਤ ਹੈ ਕਿਉਂਕਿ ਜਿਹਦਾ ਆਧਾਰ ਕਾਰਡ ਹੈ ਮੇਰਾ ਮੰਨ ਲਓ ਮੇਰੇ ਦੋ ਬੱਚੇ ਨੇ ਮੇਰੇ ਘਰ ਆਈਆਂ ਚਾਰ ਜਾਣਿਆਂ ਅਸੀਂ ਮੇਰਾ ਰਾਸ਼ਨ ਕਾਰਡ ਬਣੂਗਾ ਤਾਂ ਚਾਰ ਜਾਣਿਆਂ ਦਾ ਹੀ ਬਣੂਗਾ ਮੈਂ ਦੂਜੇ ਦਾ ਆਧਾਰ ਕਾਰਡ ਕਿੱਥੋਂ ਲੈ ਕੇ ਆਉਂਗਾ ਇਹਨਾਂ ਨੇ ਬਣਾ ਲਿਆ ਆਪਦਾ ਇਹਨਾਂ ਦਾ ਚਾਰ ਜਾਣਿਆਂ ਦਾ ਬਣ ਗਿਆ ਮਤਲਬ ਤੂੰ ਤੁਹਨ ਲੱਗਦਾ ਪਾਰਦਰਸ਼ਤਾ ਹੁਣ ਇਹਦੇ ਵਿੱਚ ਜਿਹੜੀ ਰਾਸ਼ਨ ਕਾਰਡ ਬਣਾਉਣਾ ਹੈ ਉਹ ਫੂਡ ਸਪਲਾਈ ਇਨਸਪੈਕਟਰ ਨੇ ਬਣਾਉਣਾ ਹੈ ਦੀਪੂ ਹੋਲਡਰ ਦਾ ਇੱਥੇ ਕੀ ਰੋਲ ਹੈ ਕੋਈ ਰੋਲ ਨਹੀਂਗਾ ਜਿਹੜੀ ਗੱਲ ਹੈ ਕਾਪਲੇ ਦੀ ਇਹ ਕਾਪਲਾ ਅਸੀਂ ਨਹੀਂ ਕੰਪਨੀ ਜਿਹੜੀ ਬਣਾਈ ਆ ਇਹਨਾਂ ਨੇ ਡੀ22 ਬਣਾਈ ਕੰਪਨੀ ਬਣਾਈ ਆ ਮਾਰਕ ਫੈਡ ਬਣਾਈ ਆ ਜਿਹੜਾ 500 ਕਰੋੜ ਉਹਦੇ ਉੱਪਰ ਜੀਟੀਸੀ ਪੈਣਾ ਪੈ ਜਾਣਾ ਹੈ ਟੈਕਸ ਪੈ ਜੂਗਾ ਹੋਰ ਪੈ ਜੂਗਾ ਘੱਟੋ ਘੱਟ 1000 ਕਰੋੜ ਰੁਪਇਆ ਪੰਜਾਬ ਦੇ ਡਾਕਾ ਪੈਣਾ ਇਹ ਤਾਂ ਵੱਡਾ ਕਾਪੜਾ ਇਹ ਕਰਨਗੇ ਸਾਨੂੰ ਸਿਰਫ ਕਿੰਨੇ ਮਿਲਦੇ ਨੇ 47.50 ਰੁਪਏ ਸਾਨੂੰ ਇਦੋਂ ਅੱਧੇ ਪੈਸੇ ਦੇ ਦਨ ਸਾਡੀ ਤਨਖਾਹ ਲਾਉਣ ਸਾਨੂੰ ਤਾਂ 200 ਕਰੋੜ ਰੁਪਏ ਨਾਲ ਸਾਡੀ 20000 ਰੁਪਏ ਤਨਖਾਹ ਲੱਗ ਜੂਗੀ ਸਾਡੇ ਸਾਰੇ ਪਰਿਵਾਰ ਸਹੀ ਪੜ੍ਹਨਗੇ ਅਜੇ ਉਹ ਤਾਂ ਅਜੇ ਗੱਲੀ ਨਹੀਂ ਪੁੱਛੀ ਗਈ ਬਿਲਕੁਲ ਘਪਲਾ ਨਹੀਂ ਹੈਗਾ ਇਹ ਜਾਣ ਬੁੱਝ ਕੇ ਦੀਪੂਆਂ ਤੇ ਐਤ ਕੀ ਬਹੁਤ ਵੱਡੇ ਰੋਲੇ ਪਵਾ ਰਹੇ ਨੇ ਕੀ ਰੋਲਾ ਪਵਾ ਰਹੇ ਨੇ ਘਪਲਾ ਹੁਣ ਇੱਕ ਸਰਕਾਰ ਕਰ ਰਹੀ ਹੈ ਜੇ ਮੇਰੇ ਕੋਲੇ ਮੰਨ ਲਓ 100 ਕਾਰਡ ਹੈ ਜੀ ਤਾਂ 85% ਮੈਨੂੰ ਕਣਕ ਮਿਲਣੀ ਹੈ ਜਿਹੜੇ 15 ਰਾਸ਼ਨ ਕਾਰਡਾਂ ਦੀ ਕਣਕ ਉਹ ਨਹੀਂ ਮਿਲਣੀ ਉਹ ਘਪਲਾ ਸੀ ਕਰਦੇਗਾ ਜਦ ਸਰਕਾਰ ਕਰ ਰਹੀ ਹੈ ਕਿਉਂ 15% ਕਿਉਂ ਨਹੀਂ ਮਿਲਣੀ ਤੁਹਾਨੂੰ ਕਟ ਟਟਲਾ ਤਾਂ ਸਰਕਾਰ ਦੇ ਹੀ ਨਹੀਂ ਰਹੀ ਜੇ ਮੈਨੂੰ ਕੋਈ 100 ਕੁਵੰਟਲ ਹੈ ਮੈਨੂੰ 85 ਕੁਵੰਟਲ ਮਿਲਣੀ ਹੈ ਜਿਹੜੀ 15 ਕੁਵੰਟਲ ਹੈ ਉਹ ਡੀਪੂ 홀ਡਰ ਖਾ ਗਿਆ ਜਾਂ ਸਰਕਾਰ ਖਾ ਗਈ ਉਹ ਸਰਕਾਰ ਖਾ ਗਈ ਉਹ ਪੂਰੀ ਕਿੱਥੋਂ ਹੋਣੀ ਹੈ ਜਿਹਦੇ ਜਿਹਦੇ 15% ਕੱਟੇ ਜਾਣਗੇ ਉਹ ਤੁਹਾਡੇ ਗੱਲ ਪੈਣਗੇ ਜਿਹੜੇ 15 ਪਿੱਛੇ ਰਹਿ ਗਏ ਪਿੰਡ ਦੇ ਲੋਕ ਰਹਿ ਗਏ ਉਹ ਗਾਲਾਂ ਕਿਹਨੂੰ ਕੱਢਣਗੇ ਡੀਪੂ 홀ਡਰ ਨੂੰ ਖਾ ਖਾਣ ਗਿਆ ਪੰਜਾਬ ਸਰਕਾਰ ਇਹ ਸੈਂਟਰ ਸਰਕਾਰ ਦੇਵੇ ਜਾਂ ਪੰਜਾਬ ਸਰਕਾਰ ਦੇਵੇ ਪੰਜਾਬ ਸਰਕਾਰ ਪੈਸੇ ਭਰੇ ਇਹ ਪੰਜਾਬ ਸਰਕਾਰ ਨੇ ਦੇਣੇ ਨੇ ਕਾਪਲੇ ਅਸੀਂ ਨਹੀਂ ਇਹ ਸਰਕਾਰ ਕਰਦੀ ਹੈ ਹੂੰ ਹੂੰ ਸੋ ਇਹ ਵੱਡੇ ਇਲਜ਼ਾਮ ਨੇ ਜਿਹੜੇ ਡਿਪੂ ਵੋਲਟਰਾਂ ਤੇ ਲੱਗਦੇ ਨੇ ਉਹ ਵੋਲਟਰ ਇਹ ਕਹਿੰਦੇ ਨੇ ਕਿ ਅਸੀਂ ਤਾਂ ਖੁਦ ਪੀੜਤਾਂ ਵੀ ਸਾਨੂੰ ਤਾਂ ਇੰਨੀ ਕਮਾਈ ਵੀ ਨਹੀਂ ਹੁੰਦੀ ਜਿੰਨਾ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਇਹ ਅਹਿਮ ਸਾਹਿਬ ਹੁਣ ਵੱਡਾ ਸਵਾਲ ਇਹ ਵੀ ਹੈਗਾ ਮਾਰਕਫੈਡ ਨੂੰ ਕਿਉਂ ਇੰਟਰਫੇਰੈਂਸ ਕਰਾਈ ਗਈ ਸਰਕਾਰ ਵੱਲੋਂ ਇੱਕ ਵਿਅਤਪੰਦੀ ਸਾਰੀ ਬਣੀ ਹੋਈ ਹੈ ਸਟਰਕਚਰ ਬਣਿਆ ਹੋਇਆ ਪੰਜਾਬ ਦਾ ਕਿ ਸਰਕਾਰੀ ਰਾਸ਼ਨਾਂ ਦਾ ਉਹ ਡਿਪੂਆਂ ਤੇ ਜਾਂਦਾ ਹੈ ਡਿਪੂਆਂ ਤੋਂ ਖਪਤਕਾਰਾਂ ਨੂੰ ਜਾਂਦਾ ਉਹ ਭੋਗਤਾਂ ਨੂੰ ਜਾਂਦਾ ਪਰ ਇਹਦੇ ਵਿੱਚ ਮਾਰਕਫੈਡ ਕਿੱਥੋਂ ਆ ਗਈ ਮਾਰਕਫੈਡ ਦੀ ਕਿਉਂ ਡਿਊਟੀ ਲਗਾਈ ਗਈ ਤੁਹਾਨੂੰ ਸਾਈਡਲਾਈਨ ਕਰਨ ਦੀ ਕਿਉਂ ਕੋਸ਼ਿਸ਼ ਹੈ ਹਰਪ੍ਰੀਤ ਜੀ ਮਾਰਕਫੈਡ ਨੇ ਕਾਫੀ ਸਮਾਂ ਪਹਿਲਾਂ ਟ੍ਰਾਇਲ ਕੀਤੇ ਨੇ ਕਿਉਂਕਿ ਉਹਦੇ ਵਿੱਚ ਜਿੰਨੀਆਂ ਖਾਣਾ ਘਰੇਲੂ ਚੀਜ਼ਾਂ ਸੀ ਜੀ ਉਹਨਾਂ ਲਿਆਂਦੀਆਂ ਨੇ ਪਹਿਲਾਂ ਵੀ ਦਿੰਦੇ ਸੀ ਪਰ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਕਿਉਂਕਿ ਮਾਰਕੀਟ ਰੇਟ ਦੇ ਬਰਾਬਰ ਉਹ ਚੀਜ਼ ਹੈ ਕੋਈ ਖਰੀਦਣ ਉਹਨਾਂ ਨੂੰ ਤਿਆਰ ਹੀ ਨਹੀਂ ਹੈ ਸਾਨੂੰ ਪਾਸੇ ਕਰਕੇ ਇੱਕ ਬਹੁਤ ਵੱਡਾ ਜਿਹੜਾ ਕਾਂਜਲਾ ਜੀ ਸਾਹਮਣੇ ਦੱਸਿਆ ਵੀ ਉਹਨਾਂ ਦੀ ਇੱਕ ਪਾਲਿਸੀ ਹੈ ਵੀ ਆਪਾਂ ਕਬਲਾ ਕਰਨਾ ਹੈ ਨਾਲੇ ਤੇ ਕਿਸ ਤਰੀਕੇ ਨਾਲ ਕੀਤਾ ਜਾਵੇਗਾ ਡੀਪੂ ਹਟ ਰਹੇ ਤੇ ਉਹ ਕਬਲਾ ਨਹੀਂ ਹੋਣਾ ਹੁਣ ਆਪਣੇ ਚਹੇਤਿਆਂ ਨੂੰ ਉਹ ਦੇ ਕੇ ਹੁਣ ਜਿਹੜੀਆਂ ਫਲੋਰ ਵੱਡੀਆਂ ਵੱਡੀਆਂ ਮਿਲਾਂ ਨੇ ਉਹਨਾਂ ਕੋਲ ਮਾਲ ਤਾਂ ਮੈਂ ਅੱਗੇ ਵੀ ਦੱਸਿਆ ਵੀ ਏ ਕਲਾਸ ਜਾਣਾ ਤੇ ਕੈਟਲ ਫੀਡ ਜਿਹੜੀ ਕਣਕ ਤੇ ਮੁਰਗੀਆਂ ਖਾਣ ਵਾਲੀ ਕਣਕ ਉਹ ਗੰਧ ਸਪੀਸ ਕੇ ਹੋਣਾ ਔਰ ਉਹ ਜਿੰਨਾ ਕਪੜਾ ਹੈ ਉਹ ਸਾਰਾ ਇਹਨਾਂ ਦੇ ਵਿੱਚ ਵੰਡਿਆ ਜਾਣਾ ਅਸੀਂ ਉਸ ਕਪੜੇ ਨੂੰ ਉਜਾਗਰ ਕਰਨ ਵਾਸਤੇ ਉਹ ਕਪੜਾ ਹੁਣ ਹੁਣ ਰੋਕਣ ਵਾਸਤੇ ਹਾਈ ਕੋਰਟ ਦਾ ਰੁਕ ਕੀਤਾ ਇਸ ਕਰਕੇ ਜੇਕਰ ਸਾਡੇ ਵਿੱਚ ਕੋਈ ਗੱਲ ਹੁੰਦੀ ਆ ਸਾਡੇ ਨਾਲ ਅਸੀਂ ਤਾਂ ਜਿਹੜੇ ਲਾਭਪਾਤਰੀ ਉਹਨਾਂ ਨੂੰ ਹੀ ਪਾਰਟੀ ਬਣਾਇਆ ਲਾਭਪਾਤਰੀ ਖੁਦ ਕਹਿ ਰਹੇ ਵੀ ਅਸੀਂ ਡੀਪੂ ਤੇ ਜਾਣਾ ਡੀਪੂ ਤੋਂ ਰਸਲ ਲੈਣਾ ਅਸੀਂ ਨਹੀਂ ਆਟਾ ਲੈਣਾ ਕਿਉਂ ਕਣਕ ਵੇਖੋ ਜੀ ਆਪਾਂ ਘਰਾਂ 'ਚ ਸਾਰੇ ਲੋਕ ਤੁਸੀਂ ਵੀ ਦੇਖਿਆ ਵੀ ਦੋਵਰਾ ਬਣਾਈ ਦੀ ਹੈ ਬਣਾ ਕੇ ਕਈ ਤਾਂ ਆਪਣੇ ਪੰਜਾਬ ਚ ਰਿਵਾਜ ਲੋਕ ਨੂੰ ਧੋ ਕੇ ਫਿਰ ਪਸਾਈ ਕਰਦੇ ਨੇ ਪਰ ਇਹ ਆ ਨਾ ਦਿਖਿਆ ਜਾਂ ਦਿਖਿਆ ਕਾ ਆਟਾ ਆਉਣਾ ਹੈ ਗੰਦਾ ਆਟਾ ਆਉਣਾ ਉਹ ਲੋਕ ਮਾੜਾ ਆਟਾ ਕਿਉਂ ਖਾਣਗੇ ਇਸ ਕਰਕੇ ਅਸੀਂ ਜਿਹੜਾ ਉਹ ਕਪੜੇ ਹੋਣ ਤੋਂ ਬਚਾਉਣ ਦੀ ਖਾਤਰ ਹਾਈ ਕੋਰਟ ਰੋਕ ਕੀਤਾ ਸਾਈ ਬੇਰੋਜ਼ਗਾਰ ਹੋ ਜਾਣਗੇ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਕਿ ਬੇਕੂਫ ਸੀ ਉਹ ਸਾਰਾ ਕੋਸ਼ ਡੀਪੂ ਤੋਂ ਭੇਜਦੀਆਂ ਸੀ ਪਾਰਦਰਸ਼ੀ ਢੰਗ ਨਾਲ ਜੇ ਕੰਮ ਹੁੰਦਾ ਹੈ ਤਾਂ ਹੀ ਡੀਪੂ ਤੋਂ ਭੇਜਦੇ ਸੀ ਸਾਰਿਆਂ ਤੋਂ ਖੁਡਰ ਸਾਹਿਬ ਇਹ ਥੋੜਾ ਜਿਹਾ ਹੋਰ ਵੀ ਚਾਹਣਾ ਪਾਉ ਕਿ ਪਹਿਲਾਂ ਦਿੱਲੀ ਦੇ ਵਿੱਚ ਵੀ ਇਹ ਸਕੀਮ ਸ਼ੁਰੂ ਕੀਤੀ ਸੀ ਕਿ ਉੱਥੇ ਕੋਰਟ ਨੇ ਰੋਕ ਲਗਾਈ ਹੈ ਦਿੱਲੀ ਦੇ ਵਿੱਚ ਇਹਨਾਂ ਨੇ ਸਕੀਮ ਚਲਾਈ ਪਰ ਉੱਥੇ ਨਕਾਮ ਹੋ ਗਈ ਜਿਹੜੇ ਮੇਰੇ ਡੀਪੂ ਹੋਲਡਰ ਵੀਰਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਸਟੇ ਕਰਤਾ ਬਾਅਦ ਵਿੱਚ ਬਹੁਤ ਵੱਡਾ ਫੈਸਲਾ ਜਿਹੜਾ ਉਹ ਡੀਪੂ ਹੋਲਡਰਾਂ ਦੇ ਹੱਕ 'ਚ ਆਇਆ ਔਰ ਸਾਨੂੰ ਪੂਰਨ ਵਿਸ਼ਵਾਸ ਹੈ ਜੁਡੀਸ਼ਰੀ ਦੇ ਕਿਉਂਕਿ ਹਾਈ ਕੋਰਟ ਤੇ ਵਿਸ਼ਵਾਸ ਹੈ ਸਾਨੂੰ ਇਨਸਾਫ ਮਿਲੇਗਾ ਉਥੋਂ ਇਹਨਾਂ ਨੂੰ ਹਾਰ ਹਾਰ ਹੋਵੇਗੀ ਇਹਨਾਂ ਦੀ ਸਰਕਾਰ ਦੀ ਕਿਉਂ ਹਾਰ ਕੇ ਉਥੋਂ ਸਰਕਾਰ ਨਿਕਲੇਗੀ ਅੱਜ ਵੀ ਇਹਨਾਂ ਦੇ ਜਿਹੜੇ ਚਿਹਰੇ ਸੀ ਉੱtre ਹੋਏ ਸੀ ਸਰਕਾਰ ਦੇ ਜੀ ਕਿਉਂਕਿ ਜਿਹੜਾ ਡੀਪੂ ਹੋਟਰ ਉਹ ਖੁਸ਼ ਨਿਕਲਿਆ ਕਿਉਂਕਿ ਉਹਨਾਂ ਪੱਖ ਸਾਡਾ ਸਰਦਾਰ ਮਨਜੀਤ ਸਿੰਘ ਖਹਿਰੇ ਨੂੰ 40 ਮਿੰਟ ਮਾਨਯੋਗ ਹਾਈ ਕੋਰਟ ਦੇ ਜੱਜਾਂ ਨੇ ਉਹਦੀ ਬਹਿ ਸੁਣੀ ਹੈ ਇਹਨੀਆਂ ਦਲੀਲਾਂ ਦਿੱਤੀਆਂ ਸਾਰੇ ਪੱਖ ਰੱਖੇ ਸਾਰੇ ਪੱਖ ਰੱਖਣ ਤੋਂ ਬਾਅਦ ਮਾਰਜੋਗ ਹਾਈ ਕੋਰਟ ਨੇ ਸਾਡੇ ਹੱਕ ਵਿੱਚ ਸਟੇ ਕੀਤਾ ਜਿਹੜੀ ਤਿੱਜੀ ਧਿਰ ਸੀ ਉਹਦੇ ਤੇ ਰੋਗ ਲਾਤੀ ਤਾਂ ਜੋ 2 ਤਰੀਕ ਦਾ ਨਾ ਸੁਪਨਾ ਸੀ ਉਹ ਇੱਕ ਬਿਲਕੁਲ ਖਟਾਈ 'ਚ ਪੈ ਗਿਆ ਪੁਲਰ ਸਾਹਿਬ ਹੁਣ ਫਿਰ ਐਜ਼ ਇਟ ਇਜ਼ ਜਿਵੇਂ ਪਹਿਲਾਂ ਚੱਲ ਰਿਹਾ ਸੀ ਉਵੇਂ ਹੀ ਚੱਲੇਗਾ ਸਿਸਟਮ ਬਿਲਕੁਲ ਹਰਪ੍ਰੀਤ ਜੀ ਉਸ ਤਰ੍ਹਾਂ ਹੀ ਚੱਲੇਗਾ ਜਿੰਨਾ ਚਿਰ ਸਰਕਾਰ ਅਪਲਾਈ ਨਹੀਂ ਦਿੰਦੀ ਕਿਉਂਕਿ ਸਰਕਾਰ ਕੋਲ ਅਜੇ ਤਾਂ ਜਵਾਬ ਨਹੀਂ ਸੀ ਹਾਈ ਕੋਰਟ ਵਿੱਚ ਜੱਜ ਸਾਹਿਬ ਵਾਰ-ਵਾਰ ਨੂੰ ਪੁੱਛਦੇ ਵੀ ਲਿਆਓ ਜਵਾਬ ਕਿੱਥੇ ਆ ਤੁਹਾਡਾ ਉਥੇ ਇਹਨਾਂ ਨੇ ਬਹਾਨਾ ਸੀ ਸਾਨੂੰ ਮੌਕਾ ਨਹੀਂ ਮਿਲਿਆ ਟਾਈਮ ਹੀ ਮਿਲਿਆ ਜਦ ਕਿ ਇਹਨਾਂ ਨੂੰ ਪਤਾ ਸੀ ਵੀ ਅੱਜ 28 ਤਰੀਕ ਵਾਸਤੇ ਲੱਗੀ ਹੋਈ ਏ ਤਿਆਰੀ ਕਰਕੇ ਜਾਂਦੇ ਪਰ ਤੁਸੀਂ 1 ਤਰੀਕ ਨੂੰ ਸਰਕਾਰੀ ਸਕੀਮ ਲਾਗੂ ਕਰਨੀ ਹੈ ਤੇ 28 ਤਰੀਕ ਨੂੰ ਤੁਹਾਡੇ ਕੋਲ ਜਵਾਬ ਵੀ ਨਹੀਂ ਤਿਆਰ ਹੈ ਹੈ ਨਹੀਂ ਜਵਾਬ ਜੀ ਖੈਰਾ ਸਾਹਿਬ ਨੇ ਕਿਹਾ ਲਿਆਓ ਜੀ ਜਵਾਬ ਇਹਨਾਂ ਕੋਲ ਜਵਾਬ ਹੈ ਨਹੀਂ ਰਪਲਾਈ ਹੈ ਨਹੀਂ ਕਹਿੰਦੇ ਸਾਡੇ ਕੋਲ ਤਾਂ ਸਾਨੂੰ ਟਾਈਮ ਦਿੱਤਾ ਜਾਵੇ ਇੱਕ ਵੱਡਾ ਸਵਾਲ ਇਹ ਜੀ ਆਫਿਸ ਤੇ ਵੀ ਉੱਠਦਾ ਹੈ ਕਿ ਇੰਨੀ ਵੱਡੀ ਸਕੀਮ ਜਿਹੜੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਸ਼ੁਰੂ ਕਰਨੀ ਹੈ ਉਹ ਚੈਲੰਜ ਹੋ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਦੇ ਵਿੱਚ ਤੁਹਾਨੂੰ ਜਵਾਬ ਦੇਣਾ ਪੈਣਾ ਔਰ ਤੁਸੀਂ ਕਹਿੰ ਟਾਈਮ ਦੇ ਦਿਓ ਸਕੀਮ ਰੋਕੋ ਨਾ ਸਕੀਮ ਨੂੰ ਲਾਗੂ ਕਰਦੇ ਹੋ ਪਰ ਹਾਈ ਕੋਰਟ ਨੇ ਇੱਕ ਵੱਡਾ ਝਟਕਾ ਦਿੰਦੇ ਆ ਸਕੀਮ ਨੂੰ ਰੋਕ ਲਗਾ ਦਿੱਤੀ ਕਿ ਨਹੀਂ ਜਦ ਤੱਕ ਤੁਸੀਂ ਆਪਣਾ ਰਿਪਲਾਈ ਫਾਈਲ ਨਹੀਂ ਕਰਦੇ ਤਦ ਤੱਕ ਇਸ ਸਕੀਮ ਨਹੀਂ ਲਾਗੂ ਕੀਤੀ ਜਾ ਸਕਦੀ ਉਹ ਬੋਕੇ ਸਾਹਿਬ ਸਵਾਲ ਇਹ ਵੀ ਉੱਠਦਾ ਹੈ ਕਿ ਕਰੰਟ ਸਿਚੁਏਸ਼ਨ ਦੇ ਵਿੱਚ ਸਿਰਫ ਤੁਸੀਂ ਕਣਕ ਦੇ ਰਹੇ ਹੋ ਡਿੱਪੂ ਹੋਲਡਰਾਂ ਦੇ थ्रू ਕਣਕ ਕਿਉਂਕਿ ਪਹਿਲਾਂ ਮਿੱਟੀ ਦਾ ਤੇਲ ਵੀ ਜਾਂਦਾ ਸੀਗਾ ਚੀਨੀ ਵੀ ਜਾਂਦੀ ਸੀ ਸਰੋਂ ਦੇ ਤੇਲ ਦੇ ਵੀ ਵਿੱਚ ਚਰਚਾ ਜਿਹੀ ਛੜੀ ਸੀ ਔਰ ਇਹ ਸਰਕਾਰ ਨੇ ਕਿਹਾ ਸੀਗਾ ਕਿ ਸਿਰਫ ਆਟਾ ਹੀ ਨਹੀਂ ਅਸੀਂ ਹੋਰ ਵੀ ਬਹੁਤ ਸਹੂਲਤਾਂ ਦਵਾਂਗੇ ਫਿਲਹਾਲ ਸਥਿਤੀ ਕੀ ਹੈ ਪੰਜਾਬ ਦੀ ਔਰ ਕੀ ਰਾਸ਼ਨ ਸਹੀ ਤਰੀਕੇ ਨਾਲ ਆ ਰਿਹਾ ਹੈ ਸਹੀ ਤਰੀਕੇ ਨਾਲ ਮਿਲ ਰਿਹਾ ਹੈ ਕਣਕ ਹੀ ਮਿਲ ਰਹੀ ਹੈ ਜਾਂ ਕੁਝ ਹੋਰ ਵੀ ਦੇ ਰਹੇ ਹੋ ਹਰਪ੍ਰੀਤ ਜੀ ਗੱਲ ਇਹ ਹੈ ਵੀ ਡਿੱਪੂਆਂ ਦੇ ਉੱਪਰ ਪਹਿਲਾਂ ਮਿੱਟੀ ਦਾ ਤੇਲ ਕਣਕ ਕੁਸਮਰਚੌਲ ਦਾਲ ਸਾਬਣਾ ਵਗੈਰਾ ਜਾਂ ਤੇਲ ਸਰੋਂ ਦਾ ਤੇਲ ਵਗੈਰਾ ਜੀ ਇਸ ਹੱਦ ਸਭ ਕੁਝ ਮਿਲਦਾ ਹੁੰਦਾ ਸੀਗਾ ਇਹਨਾਂ ਸਰਕਾਰਾਂ ਦੀਆਂ ਮਾੜੀਆਂ ਪਾਲਿਸੀਆਂ ਨਾਲ ਹੌਲੀ-ਹੌਲੀ ਕਰਕੇ ਪੰਜਾਬ ਦੇ ਖਪਤਕਾਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਂਝੇ ਕਰਤੀ ਹੁਣ ਸਿਰਫ ਇੱਕ ਕਣਕ ਹੀ ਉਹ ਵੀ ਜੋ 6 ਮਹੀਨੇ ਬਾਅਦ ਵੜਾਈ ਜਾਂਦੀ ਹੈ ਕੱਲੇ ਪੰਜਾਬ ਦੇ ਵਿੱਚ ਹੀ ਹੈ ਜਿਹੜੀ ਕਣਕ 6 ਵੀ ਦਿਨ ਬਾਅਦ ਵੜਾਈ ਜਾਂਦੀ ਹੈ ਹੋਰ ਪੂਰੇ ਇੰਡੀਆ ਦੇ ਵਿੱਚ ਹਰ ਕਿਸਮ ਦਾ ਰਾਸ਼ਨ ਹਰ ਬਹੀਨੇ ਦੇ ਮਹੀਨੇ ਵੰਡਿਆ ਜਾਂਦਾਗਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਸਾਨੂੰ ਮਾਰਨ ਦੀਆਂ ਨੀਤੀਆਂ ਅਪਣਾਈਆਂ ਤੇ ਜਿਹੜੀ ਆ ਸਰਕਾਰ ਕਹਿੰਦੀ ਸੀ ਸਾਡਾ ਹਰਾ ਪੈਨ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਚੱਲੂ ਇਹ ਤਾਂ ਉਹਨਾਂ ਤੋਂ ਵੀ ਮਾੜੀ ਸਰਕਾਰ ਸਾਫਤ ਹੋਈ ਹੈ ਇਹਨਾਂ ਦਾ ਜਿਹੜਾ ਹਰਾ ਪੈਨ ਉਹ ਸਾਡਾ 18 185000 ਦੀਪੂ ਹੋਲਡਰ ਸਾਡੇ ਨਾਲ ਇੱਕ 90 ਕੁ ਹਜ਼ਾਰ ਪੰਜਾਬ ਦੇ ਵਿੱਚ ਚੱਕੀ ਹੈ ਜੇ ਛੋਟੀਆਂ ਚੱਕੀਆਂ ਕੁਸ ਬਦਰੀ ਲੋਨ ਲੈ ਕੇ ਜਾਂ ਕਿਸੇ ਦੇ ਥੋੜੇ ਥੋੜੇ ਉਸ ਨਾਲ ਲਾ ਰੱਖਿਏ ਨੇ 90 ਕਿਹਿਆਰੋ ਚੱਕੀਆਂ ਦੇ ਮਾਲਕ ਤੇ 90 ਕਿਹਿਆਰੋ ਚੱਕੀਆਂ ਤੇ ਕੰਮ ਕਰਨ ਵਾਲੇ ਖਾਂਬੇ ਉਹ ਵੀ ਸਾਡੇ ਨਾਲ ਨਾਲ ਵੇਲੇ ਕਰਤੇ ਨੇ ਤਨੀ 2 ਕੋ ਲੱਖ ਦੀ ਆਬਾਦੀ ਤਾਂ ਇਹਦੇ ਕੰਮ ਕਰਨ ਵਾਲੀ ਪ੍ਰਭਾਵਿਤ ਹੋਊਗੀ ਤੇ ਵੱਡਿਆਂ ਨੂੰ ਮੌਕਾ ਦੇ ਕੇ ਸਰਕਾਰ ਇਹ ਲੋਕਾਂ ਦੇ ਜਿਹੜੇ ਹੱਕ ਮਾਰ ਰਹੀ ਹੈ ਤਾਂ ਬਾਈ ਕਹਿੰਦਾ ਇਹ ਇੱਕ ਝੂਠੀ ਤੇ ਸਭਜਵਗ ਸਰਕਾਰ ਹੈ ਜਿਹਦੇ ਪਹਿਲਾਂ ਪੰਜਾਬ ਦੇ ਵਿੱਚ ਮੁਹੱਲਾ ਖਲੀਨ ਕਾਲੇ ਜਾਹੋ ਦਿੱਲੀ ਦੇ ਸਕੂਲਾਂ ਵਾਲੇ ਵੀਡੀਓ ਦਿਖਾ-ਦਿਖਾ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਝੂਠ ਮਾਰ ਕੇ ਸਰਕਾਰ ਬਣਾਈ ਹੈ ਹੁਣ ਇਹਨਾਂ ਨੇ ਦੇਣਾ ਹੁਣ ਵੀ ਇੱਥੇ ਵੀ ਕੁਝ ਨਹੀਂ ਹੈਗਾ ਇਹਨਾਂ ਨੇ ਸਿਰਫ ਸਾਡੇ ਰੋਜ਼ਗਾਰ ਦੇ ਸੱਟ ਮਾਰ ਕੇ ਇਹਨਾਂ ਨੇ ਕੀ ਕਰ ਰਗਾ ਉਹ ਜਿਹੜੀਆਂ ਮਾਰਕਫੇਡ ਦੇ ਬੈਨਾਂ ਨੀਗੀਆਂ ਉਹਨਾਂ ਦੇ ਵਿੱਚ 12th ਗ੍ਰੇਡ ਤੋਂ ਇੱਕ ਮਾਰਕਫੇਡ ਦੇ ਇੱਕ ਹੋਰ ਖਾਣ ਵਾਲੇ ਹੁੰਦੇ ਨੇ ਜਿਵੇਂ ਸੋੜਾ ਘਿਓ ਹੁੰਦਾ ਹੈ ਜਾਂ ਦਾਲਾ ਵਗੈਰਾ ਮਾਰਕਫੇਡ ਦਾ ਵੀ ਉਹ ਦਿਖਾ ਕੇ ਵੀਡੀਓ ਬਣਾ ਕੇ ਜਿਵੇਂ ਗੁਜਰਾਤ ਜਾਂ ਹਿਮਾਚਲ ਦੇ ਵਿੱਚ ਇਲੈਕਸ਼ਨਾਂ ਰਹੀਆਂ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਿਰਫ ਉਹ ਤੋਂ ਵੀਡੀਓ ਦਿਖਾ ਕੇ ਉਹਨਾਂ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਸਿਰਫ ਠੱਗੀ ਮਾਰਨੀ ਹੈ ਤੇ ਹੌਲੀ-ਹੌਲੀ ਪੂਰੇ ਹਿੰਦੁਸਤਾਨ ਦੇ ਵਿੱਚ ਵਧਣਾ ਚਾਹੁੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਇੱਕ ਇਹੀ ਸਟੇਟ ਹੈ ਜੀ ਜਿਹੜੀ ਚੀਜ਼ ਦਾ ਪੰਜਾਬ ਦੇ ਵਿੱਚ ਵਿਰੋਧ ਹੋਊਗਾ ਜਿਵੇਂ ਪਿਛਲੇ ਕਿਸਾਨ ਕੋਹਲ ਵਾਂਗੂ ਤਾਂ ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਮੈਂ ਤੁਹਾਡੇ ਸਾਥਮ ਰਾਹੀ ਜਿੱਥੇ ਹੋਰ ਵੀ ਚੋਣ ਆ ਰਹੀਆਂ ਨੇ ਉਹਨਾਂ ਨੂੰ ਵੀ ਸੂਚਿਤ ਕਰਨਾ ਚਾਹੁੰਦਾ ਹੈ ਵੀ ਇਹਨਾਂ ਨੇ ਸਰਕਾਰਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ ਤੇ ਹੋਰ ਵੀ ਸੂਬਿਆਂ ਦੇ ਵਿੱਚ ਠੱਗੀ ਮਾਰਨੀ ਚਾਹੁੰਦੇ ਕਾਂਸਲਾ ਸਾਹਿਬ ਪੂਰੇ ਮੁਲਕ ਦੇ ਵਿੱਚ ਕਿਸੇ ਹੋਰ ਸੂਬੇ ਦੇ ਵਿੱਚ ਇਹ ਸਕੀਮ ਚੱਲ ਰਹੀ ਹੈ ਆਟਾ ਪਹੁੰਚਾ ਨਹੀਂ ਸਰ ਜਿਹੜੀ ਇਹ ਨਾ ਆਪਣੀ ਸਕੀਮ ਹੈ ਨੈਸ਼ਨਲ ਫੂਡ ਸਕਿਉਰਟੀ ਐਕਟ ਆ ਆ ਪੂਰੇ ਦੇਸ਼ ਨੂੰ ਵੀ ਜਾਨਣਾ ਚਾਹੁੰਦਾ ਵੀ ਇਹ ਤਕਨੀਕੀ ਪੌਂਟ ਤੇ ਵੀ ਸਟੈਂਡ ਕਰਦੀ ਹੈ ਸਕੀਮ ਕਿਤੇ ਹਾਂਜੀ ਹਾਂਜੀ ਪੂਰੇ ਦੇਸ਼ ਦੇ ਵਿੱਚ ਆ ਸੈਂਟਰ ਦੀ ਸਕੀਮ ਆ ਇਹ 2 ਰੁਪਏ ਕਿਲੋ ਕਣਕ ਸਾਰੇ 81 ਕਰੋੜ ਦੇ ਕਰੀਬ ਕਾਰਡ ਹੋਲਡਰ ਨੂੰ ਕਣਕ ਮਿਲਦੀ ਹੈ ਕਿਤੇ ਵੀ ਇਹੋ ਜੀ ਸਕੀਮ ਨਹੀਂ ਹੈਗੀ ਵੀ ਜਿੱਥੇ ਘਰ ਘਰ ਆਟਾ ਪਚਾਈਏ ਸਭ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਬਣੀ ਦਿੱਲੀ ਦੇ ਵਿੱਚ ਝਾੜੂ ਵਾਲਿਆਂ ਦੀ ਜੀ ਉੱਥੇ ਵੀ ਅਸੀਂ ਕਹਿ ਰਹੇ ਹਾਂ ਕਿ ਅਸੀਂ ਘਰ ਘਰ ਆਟਾ ਬਚਾਵਾਂਗੇ ਉੱਥੇ ਵੀ ਸਕੀਮ ਇਹਨਾਂ ਦੀ ਫੇਲ ਹੋ ਗਈ ਉੱਥੇ ਡੀਪੋ ਹੋਲਡਰਾਂ ਦੀ ਜਿੱਤ ਹੋਈ ਉਰੇ ਵੀ ਇਹੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਅੱਜ ਸਟੇ ਹੋ ਗਈ ਇਹ ਕੀ ਕਰਨੇ ਚਾਹੁੰਦੇ ਨੇ ਇਹ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਆਟਾ ਲਾਗੂ ਕਰਕੇ ਚਾਹੇ ਪੰਜਾਬ ਦੇ ਵਿੱਚ ਕਰਜ਼ਾ ਜਿੰਨਾ ਮਰਜ਼ੀ ਸਿਰ ਚੜ੍ਹ ਜਾਏ ਜੇ ਇਹਨਾਂ ਤੋਂ ਤਨਖਾਹ ਮੰਗਦੇ ਸੀ ਇਹਨਾਂ ਦਾ ਖਜ਼ਾਨਾ ਖਾਲੀ ਹੈ ਅੱਜ ਇਹਨਾਂ ਦਾ ਜਦੋਂ 7-800 ਕਰੋੜ ਰੁਪਈਆ ਵਜਨ ਪਊਗਾ ਖਜ਼ਾਨੇ ਤੇ ਫਿਰ ਇਹਨਾਂ ਦਾ ਖਜ਼ਾਨਾ ਭਰਿਆ ਹੋਇਆ ਜੇ ਸਾਨੂੰ ਤਰ੍ਹਾਂ ਦਾ ਮੰਗ ਰਹੇ ਹਾਂ ਸੀ 20-30000 ਰੁਪਇਆ ਇਹਨਾਂ ਦਾ ਖਜ਼ਾਨਾ ਖਾਲੀ ਹੁਣ ਆਟੇ ਨੂੰ ਪੀਸਣ ਦੀ ਲੋਕਾਂ ਨੂੰ ਗੰਦ ਖਾਵੇ ਮਾਰਾਂ ਖਾਣ ਲੋਕਾਂ ਨਾਲ ਕੋਈ ਲਿੰਕ ਨਹੀਂ ਇਹਨਾਂ ਦਾ ਸਿਰਫ ਕੀ ਹੈ ਜਿਵੇਂ ਹਿਮਾਚਲ ਦੇ ਵਿੱਚ ਮੱਧ ਪ੍ਰਦੇਸ਼ ਤੇ ਹਰਿਆਣੇ ਚ ਉੱਥੇ ਵੋਟਾਂ ਨਹੀਂ ਗਈਆਂ ਉੱਥੇ ਸਿਰਫ ਦੱਸਣਾ ਇਹਨਾਂ ਨੇ ਵੀ ਅਸੀਂ ਦੇਖੋ ਜੀ ਘਰ ਘਰ ਆਟਾ ਪਚਾਉਣਾ ਹੈ ਚਾਹੇ ਡੀਪੂ ਹੋਲਡਰ ਭੁੱਖੇ ਮਰ ਜਾਣ ਰੋਜ਼ਗਾਰ ਖਤਮ ਹੋ ਜਾਈ ਚਾਹੇ ਚੱਕੀਗਾਲਾਂ ਦਾ ਰੋਜ਼ਗਾਰ ਖਤਮ ਹੋ ਜਾਈ ਚਾਹੇ ਲੋਕ ਜਿਹੜੇ ਕਣਕ ਆਟਾ ਖਾ ਰਹੇ ਨੇ ਚਾਹੇ ਉਹਨੂੰ ਸੁਸਰੀ ਵਾਲਾ ਚੂਹੇ ਵਾਲਾ ਚਾਹੇ ਉਹ ਖਰਾਬ ਆਟਾ ਆਪਣੇ ਸੁੰਡਾਂ ਵਾਲਾ ਆਟਾ ਖਾਦਾ ਜਾਵੇ ਪਰ ਇਹ ਆਪਣੀ ਸਿਰਫ ਵੋਟਾਂ ਖਾਤਰ ਹਮਾਚਲ ਦੀਆਂ ਗੁਜਰਾਤ ਦੀਆਂ ਜਿਹੜੇ ਪੰਜ ਸਟੇਟਾਂ ਦੀਆਂ ਕਾਂਗਲਾ ਸਾਹਿਬ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਹੋਣ ਜਾਂ ਇਹਨਾਂ ਦੀ ਪਾਰਟੀ ਦੇ ਕੁਝ ਲੀਡਰ ਹੋਣ ਇਹ ਘੱਟੋ ਘੱਟ ਲੋਕਾਂ ਦੇ ਵਿੱਚ ਗੱਲ ਪਹਚਾਣਗੇ ਤਾਂ ਸਹੀ ਨਾ ਕਿ ਦੇਖੋ ਅਸੀਂ ਤਾਂ ਤੁਹਾਡੇ ਹਮਦਰਦਾਂ ਸੀ ਤਾਂ ਤੁਹਾਨੂੰ ਆਟਾ ਦੇਣਾ ਚਾਹੁੰਦੇ ਸੀਗੇ ਪਰ ਡਿਪੂ ਹੋਲਡਰ ਨਹੀਂ ਮੰਨੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਸਟੇ ਲਗਵਾ ਦਿੱਤੀ ਤੇ ਹੋ ਸਕਦਾ ਕਿ ਕੱਲ ਨੂੰ ਤੁਹਾਡੇ ਡਿਪੂਆਂ ਦੇ ਬਾਹਰ ਧਰਨੇ ਵੀ ਲੱਗਣ ਜਿਹੜੇ ਕਾਰਡ ਹੋਲਡਰ ਨੇ ਉਹ ਤਾਂ ਸਾਨੂੰ ਇਹ ਕਹਿ ਰਹੇ ਨੇ ਵੀ ਦਸਤਰਨਾ ਲਾਵਾਂ ਕਿੱਥੇ ਹੈ ਤਾ ਤੂੰ ਪੈਸੇ ਲਾਓ ਹਾਈ ਕੋਰਟ ਚ ਜਾਓ ਹਾਈ ਕੋਰਟ ਚ ਜਾਓ ਸਾਨੂੰ ਅਸੀਂ ਆਟਾ ਲੈਣਾ ਨਹੀਂ ਜਿਹੜੇ ਕਾਰਡ ਹੋਲਡਰ ਨੇ ਅਸੀਂ 98% ਤਾਂ ਸਾਡੇ ਨਾਲ ਨੇ 1 ਅੱਧਾ ਪਰਸੈਂਟ ਮੈਂ ਕਹਿ ਨਹੀਂ ਸਕਦਾ ਕੋਈ ਇਹਨਾਂ ਦਾ ਕੋਈ ਨਿੱਜੀ ਬੰਦਾ ਹੋਵੇ ਉਹ ਕਹੇ ਪਰ 98% ਕੀ 100% ਸਾਡੇ ਨਾਲ ਨੇ ਵੀ ਅਸੀਂ ਆਟਾ ਨਹੀਂ ਕਣਕ ਲੈਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆਟਾ ਖਰਾਬ ਆਊਗਾ ਉਹਨਾਂ ਨੇ ਜਿੰਨੀ ਲੋੜ ਹੈ 20 ਕਿਲੋ 30 ਕਿਲੋ ਆਟਾ ਤੋਂ ਕਣਕ ਨੂੰ ਧੋਣਗੇ ਸੁਕਾਉਣਗੇ ਸੁਕਾ ਕੇ ਚੱਕੀ ਤੇ ਜਾਣਗੇ ਪਿਆ ਕੇ ਲਿਆਉਣਗੇ ਆਪਣੀ ਮਰਜ਼ੀ ਦੇ ਚੱਕੀ ਤੇ ਜਾ ਕੇ ਕਿਥੇ ਵਧੀਆ ਪੀਸਿਆ ਜਾਂਦਾ ਕਿਸੇ ਘਰਾਟਾਂ ਦੇ ਪੀਸਿਆ ਜਾਂਦਾ ਵਧੀਆ ਆਟਾ ਖਾਂਗੇ ਕਿਥੇ ਗੰਦਮੰਦ ਵਾਲਾ ਖਾਂਗੇ ਉਹ ਜਿਹੜੇ ਲੋਕ ਨੇ ਉਹ ਸਾਡੇ ਨਾਲ ਨੇ ਉਹਨਾਂ ਨੂੰ ਇਹ ਕੀ ਕਰ ਰਹੇ ਨੇ ਸਾਡੇ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਹੁਣ ਜਿਹੜੀ ਕਣਕ ਹੈ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਵੀ 15% ਕਟ ਹੈ ਉਹ ਰੌਲਾ ਪਵਾ ਰਹੇ ਨੇ ਜਿਹੜਾ 15% ਵਾਲਾ ਕਟ ਹੈ ਸਿਰਫ ਉਹ ਸਾਡੇ ਨਾਲ ਰੌਲਾ ਪੈ ਰਿਹਾ ਹੈ ਜਦੋਂ ਕਿ ਸਾਡੇਪੂ ਹੋਲਡਰ ਦਾ ਕੋਈ ਕਸੂਰ ਨਹੀਂ ਕਸੂਰ ਪੰਜਾਬ ਸਰਕਾਰ ਦਾ ਹੈ ਜਦ ਸਾਨੂੰ ਮੁੱਲ ਲੈ ਕੇ ਦੇਵੇ ਕਣਕ ਜਿਹੜਾ ਕੋਟਾ ਪੂਰਾ ਪੂਰਾ ਬਣਦਾ ਜਿੰਨਾ ਹੱਕ ਹੈ ਸਾਡਾ ਉਹ ਦਿੱਤਾ ਜਾਵੇ ਦਿੱਤਾ ਜਾਵੇ ਜਾਂ ਫਿਰ ਜਿਹੜੀ ਲੜਾਈ ਆਪਦੇ ਗੱਲ ਪਾਉਣਾ ਠੀਕ ਹੈ ਪੁੱਲਰ ਸਾਹਿਬ ਇਹ ਹਰ ਵਾਰ ਕਿਉਂ ਹੁੰਦਾ ਜਦੋਂ ਵੀ ਸਰਕਾਰਾਂ ਬਦਲਦੀਆਂ ਇਹ ਰੌਲਾ ਕਿਉਂ ਪੈਂਦਾ ਕਿ ਫਲਾਣੇ ਦੇ ਕਾਰਡ ਕੱਢ ਦਿੱਤੇ ਜੀ ਨੀਲੇ ਕਾਰਡ ਕੱਢ ਦਿੱਤੇ ਜੀ ਰਾਸ਼ਨ ਕਾਰਡ ਕੱਢ ਦਿੱਤੇ ਜੀ ਨਵੀਂ ਸਰਕਾਰ ਆਈ ਜਾਂ ਨਵੇਂ ਬਣਨਗੇ ਪਰਚੋਲੇ ਕੀਤੇ ਜਾਂਦੀਆਂ ਇਹ ਪਤਾ ਲੱਗਦਾ ਕਿ ਜਿਹੜੇ ਮਰ ਕੇ ਨੇ ਉਹਨਾਂ ਦੇ ਵੀ ਕਾਰਡ ਬਣੇ ਹੋਏ ਨੇ ਕਈਆਂ ਦੇ ਡਬਲ ਡਬਲ ਕਾਰਡ ਬਣੇ ਹੋਏ ਨੇ ਇਹਦੇ ਵਿੱਚ ਡਿਪੂ ਹੋਲਡਰਾਂ ਦਾ ਕੋਈ ਲੈਣਾ ਦੇਣਾ ਹੁੰਦਾ ਸਰਦਾਰ ਹਰਪ੍ਰੀਤ ਸਿੰਘ ਜੀ ਇਹਨਾਂ ਦੇ ਵਿੱਚ ਡਿਪੂ ਹੋਲਡਰਾਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜਾ ਪਿਛਲੀ ਸਰਕਾਰ ਨੇ ਕਾਰਡ ਬਣਾਏ ਸੀ ਉਹਨਾਂ ਨੇ ਇੱਕ ਸਟicker ਜਾਰੀ ਕੀਤਾ ਸੀ ਆਪਣੇ ਐਮਐਲਏ ਨੂੰ 50 ਹਜ਼ਾਰ ਲੱਖ ਸਟicker ਦੇ ਦਿੱਤਾ ਬੇਤੋ ਜਿਹੜੇ ਆਪਣੇ ਵਰਕਰ ਨੇ ਸਟicker ਉਹਨਾਂ ਨੂੰ ਫਾਰਮ ਤੇ ਲਾ ਦਿਓ ਉਹਨਾਂ ਦਾ ਹੀ ਕਾਰਡ ਬਣੇਗਾ ਪਰ ਉਹ ਵੀ ਉਥੇ ਇੰਨਾ ਨਹੀਂ ਅਸੀਂ ਕਹਿ ਸਕਨੇ ਕਿ ਉਹ ਗਲਤ ਬਣੇ ਨੇ ਕਿਉਂਕਿ ਜਿਨ੍ਹਾਂ ਦੇ ਹਰਪ੍ਰੀਤ ਸਿੰਘ ਜੀ ਮੰਨ ਕੇ ਪੰਜ ਪਰਿਵਾਰ ਨੇ ਇੱਕ ਜਿਹੜਾ ਪਰਿਵਾਰ ਦਾ ਮੋਢੀ ਉਹਦੇ ਕੋਲ 10 ਕਿੱਲੇ ਜ਼ਮੀਨ ਹੈ ਉਹ ਬਣ ਨਹੀਂ ਸਕਦਾ ਪਰ ਉਹਦਾ ਉਹ ਕਾਰਡ 'ਚ ਨਾਂ ਨਹੀਂ ਉਹਦੇ ਬੱਚੇ 4 ਨੇ ਜਾਂ ਉਹਦੇ ਪਰਿਵਾਰ ਦੇ 3 ਨੇ ਉਹਨਾਂ ਨੇ ਕਾਰਡ ਬਣਾਇਆ ਆ ਅਸੀਂ ਉਹਨੂੰ ਲੀਗਲੀ ਤੌਰ ਤੇ ਗਲਤ ਨਹੀਂ ਕਹਿ ਸਕਨੇ ਆ ਕਿਉਂਕਿ ਉਹਨਾਂ ਦੀਆਂ ਪਟਵਾਰੀ ਤੋਂ ਰਿਪੋਰਟਾਂ ਹੋਈਆਂ ਨੇ ਤਹਿਸੀਲਦਾਰ ਐਸਡੀਐਮ ਨੇ ਸਹਿਨ ਕੀਤੇ ਹੋਏ ਨੇ ਵੀ ਇਹ ਸਲਾ ਬਿਨੇ ਕਾਰ ਦੇ ਨਾਂ 'ਤੇ 2.5 ਕਿੱਲੇ ਜ਼ਮੀਨ ਜਾਂ 2 ਕਿੱਲੇ ਜ਼ਮੀਨ ਪਰ ਜਿਹੜਾ ਉਹਨਾਂ ਦਾ ਮੁਖੀ ਏ ਉਹਨੇ ਤਾਂ ਆਪਣਾ ਨਾਂ ਨਹੀਂ ਪਾਇਆ ਜਾਂ ਤਾਂ ਕੋਈ ਇਹੋ ਜੀ ਕੰਡੀਸ਼ਨ ਜਾਰੀ ਕਰਦੇ ਆ ਵੀ ਡੀਪੂ ਹੋਲਡਰ ਨੂੰ ਨਾਮਜ਼ਦ ਕਰਦੇ ਡੀਪੂ ਹੋਲਡਰ ਦੇ ਸਹਨ ਉਹਦੇ ਫਾਰਮ ਤੇ ਕਿਤੇ ਡੀਪੂ ਹੋਲਡਰ ਦੀ ਤਸਦੀਕ ਨਹੀਂ ਪਿੰਡ ਦੇ ਸਰਪੰਚ ਦੀ ਤੇ ਪਟਵਾਰੀ ਦੀ ਐਸਡੀਐਮ ਤਹਿਸੀਲਦਾਰ ਦੇ ਸਾਈਨ ਹੁੰਦੇ ਸੀ ਉਹ ਰਿਪੋਰਟਾਂ ਬਣ ਕੇ ਬਣੇ ਜੇ ਕੋਈ ਉਹਨਾਂ ਸ਼ਿਫਾਰਿਸ਼ੀ ਸੀ ਉਹ ਸਟicker ਲੱਗਦਾ ਸੀ ਸਟicker ਮੈਂ ਪਰ ਆਪਾਂ ਇਹ ਕਹਿ ਸਕਦੇ ਆ ਨਾ ਕਿ ਕਾਫੀ ਗਿਣਤੀ ਦੇ ਵਿੱਚ ਉਹ ਲੋਕ ਵੀ ਹੈਗੇ ਆ ਕਿ ਜਿਹੜੇ ਅਸਲ ਹੱਕਦਾਰ ਨਹੀਂ ਉਹਨਾਂ ਨੂੰ ਮਿਲ ਰਿਹਾ ਫ੍ਰੀ ਰਾਸ਼ਨ ਉਹ ਹੋਰ ਮਿਲ ਰਿਹਾ ਉਹ ਪਰ ਇਹਨਾਂ ਵਿੱਚ ਵੀ ਕਿਉਂਕਿ ਮੈਂ ਮੈਂ ਤੁਹਾਡੇ ਸਾਹਮਣੇ ਦੋ ਇਨਸੀਡੈਂਟ ਦਾ ਜ਼ਿਕਰ ਜ਼ਰੂਰ ਕਰਨਾ ਚਾਹਣਾ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਕਿ ਇੱਕ ਬੰਦਾ ਮਰਸੀਡੀਜ਼ ਦੇ ਵਿੱਚ ਕਣਕ ਲੈਣ ਆਂਦਾ ਮਤਲਬ ਜਿਹੜਾ ਬੰਦਾ ਮਰਸੀਡੀਜ਼ ਗੱਡੀ ਰੱਖ ਸਕਦਾ ਉਹਨੂੰ 2 ਰੁਪਏ ਕਿਲੋ ਕਣਕ ਕਿਉਂ ਦੇਣੀ ਹੈ ਨਹੀਂ ਪਰਸੋ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਧਿਆਨ ਦੇ ਵਿੱਚ ਸ਼ਾਇਦ ਹੋਏਗੀ ਕਿ ਨਹੀਂ ਹੋਏਗੀ ਕਿ ਉਹ ਗੱਡੀ ਆਪਣੀ ਟਰਾਲੀ ਦੇ ਕੋਲ ਲਾਂਦਾ ਤਾਂ ਕਹਿੰਦਾ ਪੰਜ ਕੱਟੇ ਵਧੀਆ-ਵਧੀਆ ਜੇ ਕਣਕ ਦੇ ਲਾ ਕੇ ਗੱਡੀ 'ਚ ਰੱਖਦੇ ਉਹ ਰਲ ਇਲਜ਼ਾਮ ਸੱਤਾਧਾਰੀ ਧਿਰ ਤੇ ਲੱਗਿਆ ਕਿ ਸੱਤਾਧਾਰੀ ਧਿਰ ਦਾ ਐਮ ਐਲ اے ਜਿਹੜਾ ਉਹਦਾ ਕੋਈ ਰਿਸ਼ਤੇਦਾਰ ਹੈ ਅਜਿਹਿਆਂ ਚਰਚਾਵਾਂ ਜਦੋਂ ਹੁੰਦੀਆਂ ਨੇ ਫਿਰ ਮਨ ਦੇ ਵਿੱਚ ਬੜੇ ਸਾਰੇ ਸ਼ੰਕੇ ਆਉਂਦੇ ਨੇ ਕਿ ਉਹ ਲੋਕ ਜਿਹੜੇ ਦੋ ਵਕਤ ਦੀ ਰੋਟੀ ਤੋਂ ਵੀ ਅਜਾਬ ਨੇ ਉਹਨਾਂ ਨੂੰ ਤਾਂ ਦਿੱਤੀ ਜਾਵੇ ਪਰ ਉਹ ਲੋਕ ਜਿਹੜੇ ਮਰਸੀਡੀਜ਼ ਗੱਡੀਆਂ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਰਾਸ਼ਨ ਕਿਉਂ ਦੇਣਾ ਔਰ ਉਹ ਰਾਸ਼ਨ ਕਿਦਾਂ ਹਿੱਸਾ ਦਿੱਤਾ ਜਾ ਰਿਹਾ ਹੈ ਉਹਨਾਂ ਲੋਕਾਂ ਦਾ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਟੈਕਸ ਭਰਦੇ ਨੇ ਉਹ ਲੋਕ ਜਿਹੜੇ ਖਜ਼ਾਨਾ ਭਰਦੇ ਨੇ ਉਹਨਾਂ ਦੇ ਪੈਸਿਆਂ ਦੇ ਵਿੱਚੋਂ ਉਹਨਾਂ ਲੋਕਾਂ ਦੇ ਘਰ ਭਰੇ ਜਾ ਰਹੇ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਪੋਲਰ ਸਾਹਿਬ ਉੱਥੇ ਫਿਰ ਕਿੱਥੇ ਸਟੈਂਡ ਕਰਦੇ ਆ ਉੱਥੇ ਜੀ ਇਸ ਤਰ੍ਹਾਂ ਹੈ ਬਿਲਕੁਲ ਜਿਹੜੀ ਤੁਹਾਡੀ ਵੀ ਪਰ ਚੱਕਰੇ ਹੈ ਵੀ ਜਿਹੜਾ ਪਰਫਾਰਮਾ ਤਿਆਰ ਕੀਤਾ ਗਿਆ ਉਹਦੇ ਵਿੱਚ ਇਹਨਾਂ ਦਾ ਪਰਫਾਰਮਾ ਹੀ ਗਲਤ ਹੈ ਕਿਉਂਕਿ ਇਹਨਾਂ ਨੇ ਕਾਂਗਰਸ ਸਰਕਾਰ ਨੇ ਪਰਫਾਰਮਾ ਇਸ ਤਰੀਕੇ ਨਾਲ ਤਿਆਰ ਕੀਤਾ ਸੀ ਵੀ ਜਿੰਦੇ ਨਾਲ ਸਾਡੇ ਕੁਝ ਹੇਤਿਆਂ ਦੇ ਕਾਰਡ ਬਣ ਜਾਣ ਜਾਂ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਵੀ ਜਿਹੜਾ ਬਿਨੇਕਾਰ ਹੈ ਉਹਦੇ ਪਿਤਾ ਦੇ ਨਾਂ ਜ਼ਮੀਨ ਹੈ ਜਾਂ ਉਹਦੀ ਮਾਤਾ ਨਾਂ ਜ਼ਮੀਨ ਹੈ ਜਾਂ ਉਹਦੇ ਦਾਦੇ ਨਾਂ ਜ਼ਮੀਨ ਹੈ ਪਰ ਜਿਹੜਾ ਪਰਫਾਰਮਾ ਦੇ ਵਿੱਚ ਉਹਨਾਂ ਭਰਿਆ ਹੈ ਉਹ ਜਾਇਜੇ ਕਿਉਂਕਿ ਉਹਨਾਂ ਨੇ ਆਪਦਾ ਜਿਹੜੋ ਕੁਝ ਵਿਖਾਇਆ ਗਿਆ ਕਿਉਂਕਿ ਉਹਨਾਂ ਨੇ ਚਾਰ ਜਾਂ ਪੰਜ ਹੀ ਵਿਖਾਏ ਗਏ ਨੇ ਉਹਨਾਂ ਦਾ ਜ਼ਮੀਨ ਹੈ ਹੀ ਨਹੀਂ ਸਹੀ ਨਹੀਂ ਉਹ ਤਾਂ ਆਪਦੇ ਪਰਫਾਰਮਾ ਮੁਤਾਬਕ ਪਟਵਾਰੀ ਵੀ ਸਹੀ ਤਹਿਸੀਲਦਾਰ ਵੀ ਸਹੀ ਐਸਡੀਐਮ ਵੀ ਸਹੀ ਪਰ ਉੱਤੇ ਉਹਨਾਂ ਨੇ ਸਟicker ਜਾਰੀ ਕਰਤਾ ਵੀ ਸਾਡਾ ਸਟicker ਲੱਗੇਗਾ ਤੇ ਕਾਰਡ ਬਣੇਗਾ ਕਿਉਂਕਿ ਉੱਥੇ ਤਾਂ ਪਾਲਿਸੀਆਂ ਇਹਨਾਂ ਨੇ ਪਾਵਰ ਹੀ ਦੇਤੀਆਂ ਐ ਐਮਐਲ ਨੂੰ ਜੋ ਕੁਝ ਹੋਇਆ ਮਤਲਬ ਇਹ ਕਹਿਣਾ ਹੈ ਚੰਦਰ ਨੇ ਕਿ ਘਰ ਦੇ ਲਾਣੇਦਾਰ ਦੇ ਨਾਂ ਤੇ 10 ਏਕੜ ਜ਼ਮੀਨ ਬੋਲ ਰਹੀ ਹੈ ਪਰ ਘਰ ਦੇ ਟੱਬਰ ਦੇ ਨਾਂ ਤੇ ਹਲੇ ਨਹੀਂ ਹੋਈ ਤੇ ਪੂਰਾ ਟੱਬਰ ਫਰੀ ਖਾ ਸਕਦਾ ਭਾਵੇਂ ਤੁਹਾਡੇ ਕੋਲ 10 ਏਕੜ ਥਾਂ ਹੋਵੇ ਇਹ ਨੂੰ ਪੋਲ ਨੇ ਤੁਹਾਡੇ ਸਰਕਾਰੀ ਮਸ਼ੀਨਰੀ ਦੇ ਜਿਸ ਕਰਕੇ ਫ੍ਰੀ ਰਾਸ਼ਨ ਉਹ ਲੋਕ ਵੀ ਖਾਂਦੇ ਨੇ ਜਿਹੜੇ ਆਪ ਲੋਕਾਂ ਨੂੰ ਖਵਾ ਸਕਦੇ ਉਹ ਉਹ ਲੋਕ ਨੇ ਜਿਨ੍ਹਾਂ ਨੇ ਨ ਬਣੇ ਨੇ ਪਰ ਉਹ ਜਿਹੜੇ ਤਹਿਸੀਲਦਾਰਾਂ ਪਟਵਾਰੀਆਂ ਰਿਪੋਰਟਾਂ ਹੋਈਆਂ ਨੇ ਉਹਨਾਂ ਨਾਲ ਤਾਂ ਹੈ ਹੀ ਕੁਝ ਨਹੀਂ ਸੀ ਪਰ ਉੱਥੇ ਵੀ ਕੰਡੀਸ਼ਨਾਂ ਸੀ ਪਰਫਾਰਮੈਂਸ ਇਹਨਾਂ ਦੀ ਬੇਈਮਾਨੀ ਸੀ ਜੋ ਪਰਫਾਰਮਾ ਕਿਉਂ ਨਹੀਂ ਸਹੀ ਕੀਤਾ ਇਹਨਾਂ ਨੇ ਅੱਜ ਵੀ ਜਿਹੜੀ ਇਨਕੁਆਰੀ ਆਈ ਹੈ ਪਰ ਜਿਹੜੇ ਪਰਫਾਰਮਾ ਤਿਆਰ ਕੀਤੇ ਉਹਦੇ ਜਿਹਨਾਂ ਕਿਤੇ ਨਹੀਂ ਲਿਖਿਆ ਵੀ ਬਿਨੇਕਾਰ ਜਿੰਦਾ ਕਾਰਡ ਬਣਿਆ ਉਹਦੇ ਪਿਤਾ ਦੇ ਨਾਲ ਕਿੰਨੀ ਜ਼ਮੀਨ ਜਾਂ ਉਹਦੇ ਘਰ ਵਾਲੀ ਨਾਲ ਕਿੰਨੀ ਜ਼ਮੀਨ ਪਰ ਉਹਨਾਂ ਨੇ ਕਿਹਾ ਬਿਨੇਕਾਰ ਕਾਰਡ ਦੇ ਜਿਹੜਾ ਜਿਹਦਾ ਕਾਰਡ ਬਣਿਆ ਉਹਦੇ ਕਿल्ली ਜਿਵੇਂ ਉਹਦੇ ਜ਼ਮੀਨ ਹੈ ਹੀ ਨਹੀਂ ਉਹ ਕੱਟੇ ਹੁਣ ਵੀ ਨਹੀਂ ਜਾਣੇ ਨੇ ਹਾਂ ਉਹ ਹੁਣੇ ਕੱਟੇ ਜਾਣੇ ਕਿਉਂਕਿ ਉਹਦੇ ਬਜ਼ੁਰਗਾਂ ਦੇ ਨਾਮ ਤੇ ਜ਼ਮੀਨ ਡੋਲ ਰਹੀ ਹੈ ਜ਼ਮੀਨ ਉਹਨਾਂ ਨਾ ਪਰ ਇਹਨਾਂ ਬਲੀਆਂ ਬੱਕਰਾ ਡੀਪੂ ਹੋਲਡਰ ਤੇ 60 ਦਾ ਜੋ ਡੀਪੂ ਹੋਲਡਰ ਨੂੰ ਜਾਂ ਤਾਂ ਤਸਦੀਕ ਡੀਪੂ ਹੋਲਡਰ ਨੂੰ ਦੇ ਦੇਣ ਹਾਂ ਡੀਪੂ ਹੋਲਡਰ ਇੱਕ ਵੀ ਪਿੰਡ ਦਾ ਕਾਰਡ ਗਲਤ ਨਹੀਂ ਬਣ ਦੇਗਾ ਕਿਉਂਕਿ ਅਸੀਂ ਇਹ ਇਹਨਾਂ ਨੂੰ ਕਿਹਾ ਸੀ ਮਾਨ ਸਾਹਿਬ ਨੂੰ ਅਸੀਂ ਧਰਨਾ ਵੀ ਲਾਇਆ ਵੀ ਸਾਡੇ ਨਾਲ ਤੁਸੀਂ ਮੀਟਿੰਗ ਕਰ ਮੀਟਿੰਗ ਕਰਕੇ ਸਾਨੂੰ ਦੱਸ ਜਿਹੜੀ ਚੀਜ਼ ਦੀ ਤੁਹਾਨੂੰ ਇਹ ਲੱਗਦਾ ਵੀ ਗਲਤ ਹੋ ਰਿਹਾ ਤਾਂ ਡੀਪੂ ਹੋਲਡਰਾਂ ਦਾ ਮਾਨ ਪਤਾ ਜਾਰੀ ਕਰੋ ਡੀਪੂ ਹੋਲਡਰਾਂ ਪਰਫਾਰਮ ਹੈ ਤੇ ਜ਼ਿੰਮੇਵਾਰੀ ਫਿਕਸ ਕਰ ਦਿਓ ਜੇ ਡੀਪੂ ਹੋਲਡਰ ਦੇ ਇੱਕ ਵੀ ਕਾਰਡ ਜਾਲੀ ਪਾਇਆ ਗਿਆ ਤਾਂ ਸਿਰਫ ਸਸਪੈਂਡ ਕਰ ਦਿਓ ਜਾਂ ਉਹਨੂੰ ਟਰਮੀਨੇਟ ਕਰ ਦਿਓ ਪਰ ਇਹ ਦਾ ਤੋ ਹੇ ਤੁਹਾਡੇ ਕੋਲ ਸਰਕਾਰ ਦੇ ਕੋਲ ਅਧਿਕਾਰ ਹੈਗਾ ਚਲੋ ਮੇਰੇ ਕੋ ਸਮਾਂ ਘਟਾ ਹੈ ਉਹ ਬੋਕੇ ਸਾਹਿਬ ਇੱਕ ਆਖਰੀ ਸਵਾਲ ਤੁਸੀਂ ਸੈਟੀਸਫਾਈਡ ਹੈਗੇ ਹੋ ਸਰਕਾਰ ਅ ਅਦਾਲਤ ਦੇ ਫੈਸਲੇ ਤੇ ਔਰ ਯਕੀਨਨ ਤੌਰ ਤੇ ਸਰਕਾਰ ਦੁਬਾਰਾ ਕੋਸ਼ਿਸ਼ ਕਰੇਗੀ ਅ ਕਾਨੂੰਨੀ ਲੜਾਈਆਂ ਜਿਹੜੀਆਂ ਨੇ ਉਹ ਲੰਬੀਆਂ ਚਲਦੀਆਂ ਨੇ ਤਿਆਰ ਹੈ ਡਿੱਪੂ ਹੋਲਡਰ ਫੈਡਰੇਸ਼ਨ ਤੁਹਾਡੀ ਪੰਜਾਬ ਦੀ ਕਿ ਲੰਬੀ ਲੜਾਈ ਜੇ ਲੜਨੀ ਪਈ ਤਾਂ ਲੜਾਂਗੇ <laughs> हां जी हरप्रीत जी ਜਿਹੜੀ ਸਾਡੀ ਡੀਪੋ ਹੋਲਡਰ ਫੈਡਰੇਸ਼ਨ 118 ਕਾ ਹੈ ਅਸੀਂ ਪਹਿਲਾਂ ਵੀ ਡੀਪੋ ਹੋਲਡਰ ਨੂੰ ਵਿਸ਼ਵਾਸਿਤ ਬਣਾਉਂਦੇ ਅੱਜ ਵੀ ਤੁਹਾਡੇ ਮਾਧਿਅਮ ਰਹੀ ਅਸੀਂ ਪੰਜਾਬ ਦੇ ਪੂਰੇ 18500 ਡੀਪੋ ਹੋਲਡਰ ਨੂੰ ਵਿਸ਼ਵਾਸਿਤ ਬਣਾਉਂਦੇ ਆਂ ਕਿ ਪਹਿਲੀ ਗੱਲ ਤਾਂ ਸਾਨੂੰ ਇਹ ਜੁਡੀਸ਼ਲੀ ਤੇ ਪੂਰਾ ਵਿਸ਼ਵਾਸ ਹੈ ਨਿਆਂਪਾਲਿਕਾ ਤੇ ਕਿ ਸਾਨੂੰ ਇੱਥੋਂ ਇਨਸਾਫ ਮਿਲੂਗਾ ਚਲੋ ਉਸ ਤੋਂ ਅੱਗੇ ਤੇ ਸਰਕਾਰ ਸੁਪਰੀਮ ਕੋਰਟ ਵੀ ਜਾਂਦੀ ਹੈ ਤਾਂ ਸਾਡੀ ਜਿਹੜੀ ਫੈਡਰੇਸ਼ਨ ਹੈ ਉਹ ਸੁਪਰੀਮ ਕੋਰਟ ਤੱਕ ਇਹ ਲੜਾਈ ਲੜਨ ਨੂੰ ਤਿਆਰ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡੇ ਤਿੰਨਾਂ ਦਾ ਇਸ ਪੂਰੀ ਜਾਣਕਾਰੀ ਦੇ ਲਈ ਕਿਉਂਕਿ ਬਹੁਤ ਸਾਰੇ ਭਲੇਖੇ ਇਹ ਜ਼ਰੂਰ ਕਲੀਅਰ ਹੋਣਾ ਚਾਹੁੰਦਾ ਜਦੋਂ ਵੀ ਤੁਸੀਂ ਜਨਤਾ ਦੇ ਸਾਥ ਦੇ ਵਿੱਚ ਜਾਂਦੇ ਹੋ ਤਾਂ ਕਿਸੇ ਨੂੰ ਕਸੂਰਪਾਰ ਬੜੀ ਛੇਤੀ ਬਣਾ ਦਿੱਤਾ ਜਾਂਦਾ ਔਰ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਉਹ ਵੀ ਚੋਰ ਹੈ ਜੀ ਉਹ ਵੀ ਲੁਟੇਰਾ ਜੀ ਉਹ ਵੀ ਠੱਗ ਹੈ ਜੀ ਪਰ ਜਦੋਂ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਅਸਲੀਅਤ ਕੀ ਹੈ ਜੋ ਡਿੱਪੂ ਹੋਲਡਰਾਂ ਦਾ ਗिला ਸਰਕਾਰ ਦੇ ਪ੍ਰਤੀ ਇਹ ਹੈ ਕਿ ਸਾਡੀ ਰੋਜ਼ੀ ਰੋਟੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਦਹਾਕਿਆਂ ਤੋਂ ਅਸੀਂ ਪਿੰਡਾਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਜਦੋਂ ਤੁਸੀਂ ਕੱਟ ਕੇ ਇਹਨਾਂ ਨੂੰ ਸਾਈਡ ਤੇ ਕਰ ਦੋਗੇ ਇੱਕ ਨਵੀਂ ਡਿਜੀਟਰ ਨੋਡਲ ਏਜੰਸੀ ਜਿਹੜੀ ਹੈ ਮਾਰਕਫੈਡ ਰੱਖੋਗੇ ਤਾਂ ਉਹਨਾਂ ਦਾ ਰੋਜ਼ਗਾਰ ਸਿੱਧਾ-ਸਿੱਧਾ ਖੁੱਸਦਾ ਆਪਣਾ ਰੋਜ਼ਗਾਰ ਬਚਾਉਣ ਦੇ ਲਈ ਕੋਸ਼ਿਸ਼ ਕਰ ਰਹੇ ਨੇ ਨਾ ਸਿਰਫ ਰੋਜ਼ਗਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਲਕਿ ਖਪਤਕਾਰ ਕੀ ਚੀਜ਼ ਮਿਲੇ ਖਪਤਕਾਰ ਨੂੰ ਵਧੀਆ ਰਾਸ਼ਨ ਮਿਲੇ ਇਸ ਕਰਕੇ ਵੀ ਇਹ ਲੜਾਈ ਲੜ ਰਹੇ ਨੇ ਆਟਾ ਜਦੋਂ ਕੋਈ ਵੀ ਖਪਤਕਾਰ ਕੀ ਇਹ ਵੀ ਨਹੀਂ ਕਰ ਸਕਦੇ ਪਰ ਜਦੋਂ ਕਣਕ ਕਿਸੇ ਖਪਤਕਾਰ ਨੂੰ ਦਿੱਤੀ ਜਾਏਗੀ ਤਾਂ ਉਹਨੂੰ ਪਤਾ ਹੋਏਗਾ ਕਿ ਉਹ ਕੀ ਖਾਣ ਜਾ ਰਿਹਾ ਉਹ ਕੀ ਪੀਣ ਜਾ ਰਿਹਾ ਕੀ ਉਹਨੇ ਘਰ ਚ ਰੱਖਣਾ ਦੀ ਕੀ ਪਸਾ ਕੇ ਉਹਨੇ ਵਾਪਸ ਲੈ ਕੇ ਆਣਾ ਸੋ ਇੱਕ ਵੱਡੀ ਜਿੱਤ ਡਿਪੂ ਹੋਲਡਰਾਂ ਦੀ ਫਿਲਹਾਲ ਅਰਜੀ ਤੌਰ ਤੇ ਤਾਂ ਹੈਗੀ ਹੈ ਘਰ ਘਰ ਆਟਾ ਪਹੁੰਚਾਉਣ ਦੀ ਸਕੀਮ ਤੇ ਰੋਕ ਲੱਗ ਗਈ ਹੈ ਹੁਣ ਇਹ ਰੋਕ ਕਦ ਤੱਕ ਲੱਗੀ ਰਹਿੰਦੀ ਹੈ ਇਹ ਕਾਨੂੰਨੀ ਚਾਰਾ ਜੋਈ ਤੋਂ ਬਾਅਦ ਹੀ ਪਤਾ ਲੱਗੇਗਾ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ